ਅਊਜ਼ ਬਿੱਲਾਹਿ ਮਿਨ ਸ਼ੈਤਾਨ ਰਜੀਮ ਬਿਸਮਿਲ੍ਲਾ ਰਹਿਮਾਨ ਰਹੀਮ ਅਸਲਾਮ ਅਲੈਕਮ ਦੋਸਤੋ, ਤੁਸੀਂ ਵੇਖਦੇ ਪਏ ਹੋ ਐਤਮਾਦ ਟੀਵੀ ਤੇ ਮੈਂ ਹਾਂ ਤੁਹਾਡਾ ਦੋਸਤ ਮੁਹੰਮਦ ਆਸਿਫ। ਦੋਸਤਾਂ ਵਾਸਤੇ ਹਰ ਰੋਜ਼ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਹਾਂ ਜੀ। ਅੱਜ ਆਇਆ ਹੈ ਬਾਈ ਤਹਿਰ ਅਬਾਸ, ਵੱਟੂ ਸਾਹਿਬ ਬਰਾਦਰੀ ਤੋਂ ਤਲਕ ਰੱਖਦੇ ਨੇ, ਨਾਮ ਹੈ ਜੀ ਬਾਈ ਹੋਰਾਂ ਦਾ ਤਹਿਰ ਅਬਾਸ। ਐਡਰੈਸ ਹੈ ਜੀ ਇਹਨਾਂ ਦਾ ਚੱਕ ਨੰਬਰ 396 ਗਾਬੇ ਸ਼ਾਦੂ ਕੇ ਜੁੱਗੇ, ਤਹਿਸੀਲ ਤਾਂਦਲਿਆਂ ਵਾਲਾ, ਜ਼ਿਲ੍ਹਾ ਫੈਸਲਾਬਾਦ। ਤਾਂਦਲਿਆਂ ਵਾਲਾ ਫੈਸਲਾਬਾਦ ਤੋਂ ਆਉਣਾ ਜੀ, ਤਾਂਦਲਿਆਂ ਵਾਲਾ ਚਾਹੇ ਸਮੁੰਦਰੀ ਆਓ, ਯਾਨੀ ਕਿ ਸੈਂਟਰ ਹੈ ਜੀ, ਯਾਨੀ ਕਿ ਇਹਨਾਂ ਦਾ ਪਿੰਡ ਹੈ ਔਰ ਰੋਡ ਦੇ ਉੱਪਰ ਹੀ ਹੈ। ਰਾਮੇ ਸ਼ਾਹ ਤਕਰੀਬਨ 1-2 ਕਿਲੋਮੀਟਰ ਦੀ ਦੂਰੀ 'ਤੇ ਇਹਨਾਂ ਦਾ ਜੀ ਐਡਰੈਸ, ਮੇਨ ਰੋਡ ਦੇ ਉੱਪਰ ਹੈ ਸ਼ਾਦੂ ਕੇ ਜੁੱਗੇ। ਅਗਰ ਸਮੁੰਦਰੀ ਲਵਾਓ ਤਾਂ ਚੱਕ ਨੰਬਰ 444-449 ਵਾਲੇ ਰੋਡ ਆ ਰਿਹਾ ਵਿੱਚ, ਯਾਨੀ ਕਿ ਸ਼ਾਰਟਕੱਟ ਰੋਡ ਆ ਰਿਹਾ ਆਪਣਾ ਸ਼ਾਦੂ ਕੇ ਜੁੱਗੇ ਨੂੰ। ਅਗਰ ਤਾਂਦਲਿਆਂ ਲਵਾਓ ਤਾਂ ਜਿਹੜਾ ਮਾਮੂ ਕੰਜਾ ਰੋਡ ਜਾ ਰਿਹਾ ਬਿਲਕੁਲ ਰਾਮੇ ਸ਼ਾਹ ਤੋਂ 1-2 ਕਿਲੋਮੀਟਰ ਦੂਰੀ ਤੋਂ ਪਹਿਲੇ, ਯਾਨੀ ਕਿ ਇਹਨਾਂ ਦਾ ਮੇਨ ਰੋਡ ਦੇ ਉੱਪਰ ਹੀ ਹੈ ਐਡਰੈਸ ਹੈ ਇਹਨਾਂ ਦਾ, ਯਾਨੀ ਕਿ ਜਾਨਵਰ ਹੁੰਦੇ ਨੇ। ਪਹਿਲੀ ਵੀਡੀਓ ਬਣਾਉਣ ਲੱਗੇ ਹਾਂ ਬਾਈ ਤਹਿਰ ਅਬਾਸ ਦੀ। ਮਾਸ਼ਾਅੱਲਾ ਕਾਫੀ ਹੱਦ ਤੱਕ ਅੱਛੇ ਜਾਨਵਰ ਲੈ ਕੇ ਆਉਂਦੇ ਨੇ, ਤੇ ਇਹ ਨਹੀਂ ਕਿ ਪਹਿਲੀ ਦਫਾ, ਯਾਨੀ ਕਿ ਅਲਹਮਦੁਲਿਲਾ ਵੀਡੀਓ ਨੂੰ ਕਾਫੀ ਤਰ੍ਹਾਂ ਜਾਣਦੇ ਵੀ ਹਨ, ਔਰ ਕਿਸੇ ਕਿਸਮ ਦਾ ਕਿਸੇ ਦੋਸਤ ਨੂੰ ਕੋਈ ਵੀ ਜਾਨਵਰ ਦੀ ਜ਼ਰੂਰਤ ਹੋਵੇ ਬਾਈ ਤਹਿਰ ਅਬਾਸ ਲੈ ਕੇ ਆਉਂਦੇ ਨੇ। ਗਾਵਾਂ ਮੱਝਾਂ ਚੰਗੇ ਤੋਂ ਚੰਗੀਆਂ, ਯਾਨੀ ਕਿ ਹੌਲੇ ਰੇਟ ਦੀਆਂ, ਦਰਮਿਆਨੇ ਦੀਆਂ, ਚੰਗੇ ਰੇਟ ਦੀਆਂ ਚੰਗੀਆਂ, ਜਿਸ ਤਰ੍ਹਾਂ ਦੀ ਕਿਸੇ ਦੋਸਤ ਨੂੰ ਜ਼ਰੂਰਤ ਹੋਵੇ ਜਾਨਵਰ ਦੀ, ਬਾਈ ਤਹਿਰ ਅਬਾਸ ਨਾਲ ਰਾਬਤਾ ਕਰਨਾ ਤੇ ਇਨਸ਼ਾਅੱਲਾ ਜਾਨਵਰ ਮਿਲਣਗੇ। ਟੋਕੜਾਂ ਵੀ ਮਿਲਦੀਆਂ ਨੇ, ਅੱਛੀਆਂ ਵੀ ਮਿਲਦੀਆਂ ਨੇ, ਤਾਜ਼ੀਆਂ ਸੂਈਆਂ ਹੋਈਆਂ ਸੱਜਰਾਂ, ਗਾਵਾਂ ਮੱਝਾਂ ਸਾਰੇ ਜਾਨਵਰ ਬਾਈ ਤਹਿਰ ਅਬਾਸ ਲੈ ਕੇ ਆਉਂਦੇ ਨੇ। ਕਿਸੇ ਦੋਸਤ ਨੂੰ ਕਿਸੇ ਜਾਨਵਰ ਦੀ ਜ਼ਰੂਰਤ ਹੋਵੇ ਬਾਈ ਤਹਿਰ ਅਬਾਸ ਨਾਲ ਬਿਲਾ ਝਿਜਕ ਰਾਬਤਾ ਕਰਨਾ, ਔਰ ਇਨਸ਼ਾਅੱਲਾ ਕੋਈ ਵੀ ਦੋਸਤ ਅਗਰ ਯਾਨੀ ਕਿ ਇਹ ਨਾ ਸਮਝੇ ਕਿ ਪਹਿਲੀ ਦਫਾ ਵੀਡੀਓ ਬਣਾਉਣ ਲੱਗੇ ਨੇ ਕਿ ਪਤਾ ਨਹੀਂ ਇਹਨਾਂ ਨਾਲ ਰਾਬਤਾ ਕਰੀਏ ਕੀ ਕਰਨਗੇ, ਅੱਗੂ ਕੋਈ ਗੱਲ ਜਾਂ ਕੋਈ ਪੈਸੇ ਦਾ, ਯਾਨੀ ਕਿ ਕੋਈ ਟੋਕਨ ਕਰਾਉਣਾ ਚਾਹੁੰਦਾ, ਤੇ ਕੋਈ ਮਸਲਾ ਨਹੀਂ, ਅਸੀਂ ਯਾਨੀ ਕਿ ਇਸ ਚੀਜ਼ ਦੀ ਗਰੰਟੀ ਦੇਵਾਂਗੇ, ਔਰ ਗਰੰਟੀ ਦੇ ਵੀ ਰਹੇ ਹੈ ਕਿ ਕੋਈ ਦੋਸਤ ਨੂੰ ਕਿਸੇ ਕਿਸਮ ਦੀ ਜ਼ਰੂਰਤ ਹੋਵੇ ਜਾਨਵਰ ਦੀ, ਇਨਸ਼ਾਅੱਲਾ ਬਾਈ ਤਹਿਰ ਅਬਾਸ ਨਾਲ ਰਾਬਤਾ ਕਰਕੇ ਖਰੀਦ ਸਕਦੇ ਨੇ। ਐਡਰੈਸ ਦੱਸਿਆ ਹੈ, ਬਾਕੀ ਤਾਰੀਖ ਹੈ ਜੀ ਅੱਜ 18 ਜਨਵਰੀ 2023, ਤੇ ਵਾਰ ਹੈ ਜੀ ਅੱਜ ਬੁੱਧ ਦਾ, ਔਰ ਅਲਹਮਦੁਲਿਲਾ ਬੁੱਧ ਦੀ ਤੇ ਐਤਵਾਰ ਦੀ ਵੀਡੀਓ ਬਣੀ ਕਰੇਗੀ, ਔਰ ਮਾਸ਼ਾਅੱਲਾ ਹਰ ਵੀਡੀਓ ਵਿੱਚ 8-9 ਜਾਨਵਰ ਆਉਣਗੇ। ਅੱਜ ਜਾਨ ਜੀ ਜਾਨਵਰ 7-4 ਮੱਝਾਂ ਨੇ ਤੇ 3 ਗਾਵਾਂ ਨੇ। ਨਾਲ ਨਾਲ ਦੋਸਤਾਂ ਨੂੰ ਯਾਨੀ ਕਿ ਦੱਸਣਾ ਇਹਨਾਂ ਦਾ ਰੇਟ ਵੀ ਕਰਨੇ ਆ, ਔਰ ਦੱਸਣੇ ਆ ਸੁਬਾਹ, ਬਾਕੀ ਨੰਬਰ ਦਿੰਦੇ ਨੇ ਬਾਈ ਤਿਆਰ, ਔਰ ਇਨਸ਼ਾਅੱਲਾ ਨਾਲ ਨਾਲ ਡਿਟੇਲ ਲੈਣੇ ਆ ਜੀ। ਨੰਬਰ ਬੋਲੋ ਜੀ ਆਪਣਾ, 0344-78-47-95। ਇਹ ਵਟਸਐਪ ਨੰਬਰ ਵੀ ਹੈ, ਵਟਸਐਪ ਨੇ ਦੁਬਾਰਾ ਬੋਲ ਦਿਆ ਜੀ, 0344-78-47-95 ਜੀ। ਠੀਕ ਹੈ, ਜਾਨਵਰਾਂ ਦੀ ਡਿਟੇਲ ਨਾਲ ਨਾਲ ਲੈਣੇ ਆ ਜੀ। ਬਾਕੀ ਨੰਬਰ ਮੇਰਾ ਹੈ ਜੀ 0347-76-55-403, ਵਟਸਐਪ ਨੰਬਰ ਤੇ ਲੋਕਲ ਨੰਬਰ ਹੈ। ਅਗਰ ਕਿਸੇ ਦੋਸਤ ਨੂੰ ਰਾਬਤਾ ਕਰਨਾ ਹੋਵੇ ਬਾਈ ਤਿਆਰ ਨਾਲ ਕਰੋ, ਸਾਡੇ ਨਾਲ ਕਰੋ, ਅਲਹਮਦੁਲਿਲਾ ਕੋਈ ਕਿਸੇ ਕਿਸਮ ਦਾ ਇਹਦਾ ਕੋਈ ਡਾਊਟ ਨਹੀਂ ਹੈ। ਬਾਈ ਤਾਰ ਨਾਲ ਡਾਇਰੈਕਟ ਤੁਸੀਂ ਕਰੋ, ਇਹ ਸਾਡਾ ਯਾਨੀ ਕਿ ਬਿਹੇਵ, ਤੇ ਇਨਸ਼ਾਅੱਲਾ ਅਸੀਂ ਜਾਨਵਰ ਲੈ ਦੇਵਾਂਗੇ। ਔਰ ਡਾਇਰੈਕਟ ਵੀ ਕਰੋ ਤਾਂ ਕੋਈ ਮਸਲਾ ਨਹੀਂ ਹੈ, ਕੋਈ ਪੈਸੇ ਦਾ, ਕੋਈ ਬਿਆਨੇ ਦਾ, ਉਹ ਸਾਡਾ ਜ਼ਿੰਮੇਦਾਰੀ ਹੋ ਸੀ। ਜਾਨਵਰ ਦੀ ਡਿਟੇਲ ਲੈਂਦੇ ਹਾਂ ਨਾਲ ਨਾਲ, ਫਿਰ ਇਨਸ਼ਾਅੱਲਾ ਜੀ ਸ਼ੁਰੂ ਕਰਨੇ ਆ। ਬਿਸਮਿਲ੍ਲਾ ਪੜ ਜੀ ਬਾਈ ਤਾਰੇ ਖਾਂ, ਇਹ ਪਹਿਲੇ ਨੰਬਰ ਤੇ ਆਪਾਂ ਮਾਝ ਦਿਖਾਉਂਦੇ ਪਏ ਜੀ, ਇਹਦੀ ਡਿਟੇਲ ਬੋਲੋ। ਇਹ ਸੂਈ ਹੋਈ ਹੈ ਜੀ, ਇਹ ਸੂਈ ਹੋਈ ਜੇ, ਇਹਦੇ ਥੱਲੇ ਕੱਟਾ, ਪਰਸੋਂ ਸ਼ਾਮ ਦੀ ਸੂਈ ਹੈ, ਇਤਵਾਰ ਵਾਲੇ ਦੇ ਦੀ ਰਾਤ ਦੀ ਜੀ। ਅੱਛਾ, ਇਤਵਾਰ ਵਾਲੀ ਦੀ ਰਾਤ ਨੂੰ ਸੂਈ ਹੈ, ਥੱਲੇ ਕੱਟਾ ਹੈ, ਤੇ ਕਿਛ ਦੂਸਰਾ ਵਾਰਾ ਸੂਈ ਹੈ ਜੀ, ਦੂਸਰਾ ਵਾਰਾ ਬਾਈ ਸੂਈ ਹੋਈ ਹੈ। ਇਹ ਜਿਹੜੀ ਇਨਸ਼ਾਅੱਲਾ ਗੱਲ ਕਰਨਗੇ ਬਾਈ ਤਾਰੇ ਪੂਰੀ, ਤੇ ਕੋਈ ਇਹਦੇ ਵਿੱਚ ਰੱਖਣ ਵਾਲੀ ਗੱਲ ਜਾਂ ਕਿ 2 ਨੰਬਰ ਵਾਲੀ ਗੱਲ ਨਹੀਂ ਹੋਏਗੀ। ਸਭ ਤੋਂ ਪਹਿਲੀ ਗੱਲ ਦੋਸਤੋ, ਕਿ ਮਾਝ ਦੀ ਚੁਆਈ ਪੂਰੇ ਟਾਈਮ ਤੇ ਹੋਈ ਹੋਈ ਹੈ, ਤਕਰੀਬਨ ਸੁਬਾ 7 ਵਜੇ ਜਾਨਵਰ ਸਾਰੇ ਜਿੰਨੇ ਵੀ ਮੱਝਾਂ ਨੇ ਗਾਵਾਂ ਤੁਹਾਨੂੰ ਦਿਖਾਣੀਆਂ ਨੇ, ਸਾਰਿਆਂ ਦੀ ਚੁਆਈ ਹੋਈ ਹੋਈ ਹੈ। ਦੂਸਰਾ ਵਾਰਾ ਸੂਈ ਹੈ, ਥੱਲੇ ਕੱਟਾ ਹੈ ਜੀ, ਤੇ 3 ਦਿਨ ਦੀ ਸੂਈ ਆਈ, ਤੀਸਰਾ ਦਿਨ ਹੀ ਬਣਦਾ, ਤੀਸਰਾ ਦਿਨ ਬਣਦਾ, ਤੇ ਥੱਲੇ ਕੱਟਾ ਤੇ ਬਿਲਕੁਲ ਕੱਟੇ ਦੇ ਥੱਲੇ ਇਹ ਨਾੜਵਾ ਨਜ਼ਰ ਆ ਰਿਹਾ, ਬਿਲਕੁਲ ਸਜਾਇਆ ਕੱਟਾ, ਹਾਲੇ ਤਾਈਂ ਬਿਲਕੁਲ ਕੱਚਾ, ਤੇ ਇਹ ਵੇਖ ਲਓ ਦੋਸਤੋ ਨਜ਼ਰ ਆਉਂਦਾ ਪਿਆ, ਇਹ ਵੇਖੋ, ਤੇ
ਕਿੰਨਾ ਬੌਲਾ ਜਿਹੜਾ ਇਸ ਟਾਈਮ ਬੌਲਾ ਹੀ ਕਰਦੀ ਪਈ ਹੈ ਨਾ ਜੀ। ਹਾਂ ਮਾਜੇ ਠਹਿ ਜੀ 12 ਤੋਂ 13 ਲੀਟਰ ਬੌਲਾ ਪੱਕਾ ਬੌਲਾ ਜਿਹੜਾ 12 ਤੋਂ 13 ਆਏ ਬਰਿਆਵਾਂ ਆ ਕੇ ਚੋ ਕੇ ਮਾਹ ਲੈ ਜਾਵੇ ਸਾਡੀ ਮਾਹ ਜੇ ਕੋ ਥਣਾ ਨਾ ਵੇ ਫਲਡ ਹੋਵੇ ਕੋ ਵਾਧਾ ਘਾਟਾ ਹੋਵੇ ਅਸੀਂ ਇਸ ਗੱਲ ਦੇ ਜਵਾਬਦਾਰ ਹਾਂ ਬਾਈ। ਮਾਸ਼ਾਅੱਲਾ ਚੰਗੀ ਰਾਤ ਵਾਲੀ ਕੱਦ ਬੋਤ ਵਾਲੀ ਵੇਲ ਵਾਲੀ ਤੇ ਮਾਸ਼ਾਅੱਲਾ ਖੂਬਸੂਰਤ ਮਾਝ ਹੈ। ਦੂਸਰਾ ਵਾਰਾ ਸੂਈ ਹੈ ਥੱਲੇ ਵਾਲੀ ਤਾਈਂ ਬਿਲਕੁਲ ਤੀਸਰਾ ਦਿਨ ਦੀ ਸੂਈ ਹੋਈ ਥੱਲੇ ਕੱਟਾ ਤੇ ਬੌਲੇ ਦੇ ਵਿੱਚ 12 ਤੋਂ 13 ਲੀਟਰ ਕੋਈ ਦੋਸਤ ਆ ਕੇ ਸੁਬਹ ਸ਼ਾਮ ਦਾ 2 ਟਾਈਮ 4 ਟਾਈਮ ਚਵਾਈ ਕਰੇ ਤੇ ਕਰ ਬਾਈ ਜੀ ਅਸੀਂ ਚੁਆਉਣ ਨੂੰ ਤਿਆਰ ਹੈ। ਮਾਸ਼ਾਅੱਲਾ ਕੋਈ ਥਣਾ 'ਚ ਫਾਲਟ ਗਿਲਟੀ ਮਰੋੜੀ ਇੱਕ ਵੱਧ ਘੱਟ ਹੋਵੇ ਤਾਂ ਉਹ ਸਾਡੀ ਗਰੰਟੀ ਹੈ ਜ਼ਿੰਮੇਦਾਰੀ ਔਰ ਅਲਹਮਦੁਲਿਲਾ ਦੋਸਤਾਂ ਨੂੰ ਕਿਰਾਇਆ ਵੀ ਦੇਵਾਂਗੇ ਅਗਰ ਕੋਈ ਸਾਡੇ ਜਾਨਵਰ ਨੁਕਸ ਹੋਇਆ ਤਾਂ। ਅਤੇ ਜੀ ਤਾਰ ਬਾਈ ਇਹਦਾ ਤਾਰ ਬਾਸ ਬਾਈ ਇਹਦਾ ਰੇਟ ਬੋਲੋ ਕਿੰਨਾ ਰੇਟ ਕਰ ਰਹੇ ਜੀ ਪਿਆਰ ਮੁਹੱਬਤ। ਹਾਂਜੀ ਪਹਿਲੀ ਵੀਡੀਓ ਇਹਦਾ 3,40,000 ਰੁਪਇਆ ਆਇਆ ਦੋਸਤਾਂ ਨਾਲ ਮੋੜ ਪਿਆਰ ਮੁਹੱਬਤ ਹੋ ਜਾਏਗੀ ਆਇਆ ਦੋਸਤਾਂ ਨਾਲ ਪਿਆਰ ਮੁਹੱਬਤ ਹੋ ਜਾਸੀ ਤਾਂ 3,40,000 ਰੁਪਇਆ ਰੇਟ ਪਿੱਛਾ ਕਰੋ ਨਾ ਇਸ ਤਰ੍ਹਾਂ ਪੁੱਛੋ 3,40,000 ਦੇ ਵਿੱਚ ਚਲੋ ਆਇਆਂ ਨਾਲ ਕੁਝ ਅਸੀਂ ਆ ਗਏ ਸਾਨੂੰ ਪਿਆਰ ਮੁਹੱਬਤ ਕਰੋ ਚਾਹੇ ਕੋਈ ਦੋਸਤਾਂ ਨੂੰ ਪਿਆਰ ਮੁਹੱਬਤ ਕਰਿਆ ਚਾ ਲਾਜ਼ਮੀ 3,35,000 ਬਾਈ ਆਸੇ ਮੋਲ ਕਰ ਦਿੰਦੇ ਮਾਝ ਦਾ ਬਿਲਕੁਲ। ਅੱਜ ਕੋਈ ਬੰਦਾ ਇਤਨੇ ਦੀ ਬਾਜ਼ਾਰ ਚੋਂ ਮਾਝ ਮਿਲੇ ਅਸੀਂ ਜ਼ਿੰਮੇਵਾਰ ਬੈਠੇ ਹਾਂ ਮਾਝ ਵੀ ਤਾਂ ਤੱਕ ਮਾਸ਼ਾਅੱਲਾ ਅੱਗੇ ਦੋਸਤਾਂ ਨੂੰ ਦਿਖਾ ਵੀ ਰਹੇ ਹਾਂ ਪੁੱਠਾ ਕੱਦ ਵੇਲ ਰੱਤ ਮਾਸ਼ਾਅੱਲਾ ਥਣ ਚੰਗੀ ਵਿਰਾਲੇ 'ਚ ਹੈ ਤੇ 12 ਤੋਂ 13 ਲੀਟਰ ਗਰੰਟੀ ਕੋਈ ਦੋਸਤ ਅਗਰ ਔਨਲਾਈਨ ਮੰਗਾਉਂਦਾ ਹੈ ਕੋਈ ਦੋਸਤ ਆਉਂਦਾ ਹੈ ਇਸ ਚੀਜ਼ ਦੇ ਅਸੀਂ ਜ਼ਿੰਮੇਦਾਰ ਹਾਂ ਔਰ ਹਾਲੀ ਇਨਸ਼ਾਅੱਲਾ ਬੋਲੇ 'ਚ ਜਦੋਂ ਮਾਝ ਨੇ ਤਕਰੀਬਨ 20 ਤੋਂ 21 ਦਿਨ ਬਾਅਦ ਮੈਲਾ ਸ਼ਾਲਾ ਸੱਟਣਾ ਅਲਹਮਦੁਲਿਲਾ 20 ਸ਼ੇਰ ਦੀ ਗਰੰਟੀ ਹੈ ਮਾਸ਼ਾਅੱਲਾ ਦੋ ਇਨਸ਼ਾਅੱਲਾ ਬਿਲਕੁਲ ਪਿਛਲੇ ਸੂਬੇ ਮਾਝ 20 ਸ਼ੇਰ ਦੋ ਕਰਦੀ ਵੀ ਰਹੀ ਹੈ ਇਨਸ਼ਾਅੱਲਾ। ਹਾਂ ਮਾਸ਼ਾਅੱਲਾ ਜਿਵੇਂ ਮਾਝ ਕੋਲ ਰੱਤ ਕੱਦ ਬੋਤੇ ਤੇ ਮਾਸ਼ਾਅੱਲਾ ਡੇਰੇ ਦੀ ਸ਼ਾਨ ਹੈ ਜਿੰਨਾ ਕੁ ਮਾਝ ਕੋਲ ਖੂਬਸੂਰਤੀ ਹੈ ਬਿਲਕੁਲ ਬਰੀਕ ਬੁੱਥੀ ਤੇ ਮਾਸ਼ਾਅੱਲਾ ਅੱਖਾਂ ਵੀ ਸੋਹਣੀਆਂ ਸੂ ਤੇ ਰਾਤ ਵਾਲੀ ਹੈ ਤੇ ਮਾਸ਼ਾਅੱਲਾ ਸੋਹਣਾ ਥਣ ਲੱਗਾ ਇਸ ਤੇ ਇਹਦੇ 'ਚ ਹੋਰ ਵੀ ਜਿਤਨੀ ਕੁ ਕਸਰ ਹੈ ਨਾ ਕੋਈ ਫਾਈਨਲ ਜੀ ਬੋਲੋ ਫਿਰ ਅਗਰ ਜਾਨਵਰ ਵਿਖਾ ਦੇ ਜੀ ਪਹਿਲੀ ਵੀਡੀਓ ਤੇ ਜਾਇਜ਼ ਦੇ ਰਹੇ ਕਰ ਭਾਈ ਹੋਰੀ ਆ ਗਏ ਆਇਆ ਦੋਸਤਾਂ ਨਾਲ ਮੋੜ ਪਿਆਰ ਮੁਹੱਬਤ ਹੋ ਜਾਵੇਗਾ ਇਨਸ਼ਾਅੱਲਾ ਆਪਾਂ ਮਾਲ ਦਾ ਮੁੱਲ ਹੀ ਮਕੂਲ ਕਰਨਾ ਪਹਿਲੀ ਵੀਡੀਓ ਇਨਸ਼ਾਅੱਲਾ ਹਾਂਜੀ ਰਾਮਾ ਦੋਸਤਾਂ ਦੇ ਪਸੰਦ ਉਸੇ ਮਾਲ ਫਿਰ ਵੀ ਕੋਈ ਕਸਰ ਹੈ ਤਾਂ ਚਲੋ ਕਈ 3,35,000 ਅੱਗੇ ਕੀਤਾ ਨੇ ਕੋਈ ਪਿਆਰ ਮੁਹੱਬਤ ਹੋਰ 3,30,000 ਕਰ ਲਓ ਭਾਈ ਜਾਨ 3,30,000 ਰੁਪਇਆ ਜੀ ਪਹਿਲੇ ਨੰਬਰ ਦਾ ਰੇਟ ਔਰ ਇਨਸ਼ਾਅੱਲਾ ਆਇਆ ਦੋਸਤਾਂ ਨਾਲ ਪਿਆਰ ਮੁਹੱਬਤ ਜ਼ਰੂਰ ਕਰਨਾ ਜੀ ਇਨਸ਼ਾਅੱਲਾ ਇਨਸ਼ਾਅੱਲਾ। ਹਾਂ ਠੀਕ ਹੋ ਗਿਆ ਜੀ ਤੇ ਅੱਗੇ ਲੈ ਆਓ ਜੀ ਦੂਸਰੇ ਨੰਬਰ ਤੇ ਜੀ ਜੀ ਬਾਈ ਤਾਰਕ ਦੂਸਰੇ ਨੰਬਰ ਤੇ ਦਿਖਾਉਂਦੇ ਪਏ ਜੀ ਇਹਦੀ ਦੂਸਰੇ ਨੰਬਰ ਤੇ ਪਹਿਲੇ ਨੇ ਝੋਟੀ ਹੈ ਜੀ ਜਨਾਬ ਮੂੰਹ ਵਿੱਚੋਂ ਛਿੱਗੀ ਹੈ ਜਨਾਬ ਹਾਂਜੀ ਮਾਂ ਚੋਈ ਹੈ 10 ਵਜੇ ਦੀ ਬਾਈ ਆਸਿਫ ਠੀਕ ਹੋ ਗਿਆ ਜੀ 10 ਵਜੇ ਦੀ ਮਾਂ ਚੋ ਕੇ ਲਿਆਂਦੀ ਮਾਂ ਦੀ ਚੁਆਈ ਹੋਈ ਹੋਈ ਹੈ ਹਾਲੇ 3 ਦਾ ਟਾਈਮ ਹੋਇਆ ਜੀ ਯਾਨੀ ਕਿ ਹਾਲੇ ਤੱਕ ਤਕਰੀਬਨ 4 ਤੋਂ 5 ਘੰਟੇ ਹੋਏ ਨੇ ਮੇਰੀ ਮਾਂ ਜੇਠ ਇਸ ਟਾਈਮ ਅੱਜ ਮਾਂ ਸੂਈ ਹੋਈ 6-7 ਦਿਨ ਦੀ 16 ਲੀਟਰ ਦੁੱਧ ਦੇ ਮਾਂ ਜੇਠ ਮਾਸ਼ਾਅੱਲਾ ਜੀ ਪਹਿਲਣ ਝੋਟੀ ਹੈ ਪਹਿਲਣ ਝੋਟੀ ਹੋ ਕੇ ਥੱਲੇ ਕੱਟੀ ਜੀ ਥੱਲੇ ਕੱਟੀ ਹੈ ਮਾਸ਼ਾਅੱਲਾ ਤੇ ਕੱਟੀ ਵੀ ਮਾਸ਼ਾਅੱਲਾ ਮਾਂ ਇਤ ਸੋਹਣੀ ਤੇ ਮਾਂ ਜੋ ਕੱਟੀ ਤੋਂ ਗਣੀ ਖੂਬਸੂਰਤ ਤੇ ਦੋਵੇਂ ਮਾਸ਼ਾਅੱਲਾ ਖੂਬਸੂਰਤ ਇਸ ਤਰ੍ਹਾਂ ਦੀ ਪਹਿਲਣਾ ਝੋਟੀਆਂ ਕਾਦਾਵਰ ਮਾਸ਼ਾਅੱਲਾ ਘੱਟ ਹੀ ਲੱਭਣਗੀਆਂ ਦੋਸਤਾਂ ਨੂੰ ਮੂੰਹ ਜਵਾਲੀ ਚਾਹੀ 6 ਦੰਦ ਹੈ ਚੰਗਾ ਕੱਦ ਦੀ ਮਾਲਕ ਹੈ ਮਾਸ਼ਾਅੱਲਾ ਮੁੱਠੀ ਭਰ ਥਣ ਵਿਰਾਲ ਵਾਲਾ ਲੱਗਾ ਹੋਇਆ ਤੇ ਵੇਲ ਤੇ ਪਹਿਲੇ ਸਾਈਡ ਤੋਂ ਨਾ ਨਿੱਕਾ ਪਰਲੀ ਸਾਈਡ ਤੋਂ ਥੋੜਾ ਜਿਹਾ ਇੱਥੇ ਦੋਸਤੋ ਮਾਸ਼ਾਅੱਲਾ ਖੂਬਸੂਰਤੀ ਵੇਖਣੀ ਮਾਈ ਦੀ ਗਰਦਨ ਬਿਲਕੁਲ ਬਰੀਕ ਬੁੱਥੀ ਵਿਖਾ ਭਾਈ ਆ ਸਿਰ ਮਾਈ ਵਿਖਾ ਸਾਰੀ ਮਾਈ ਬੰਦੇ ਨੂੰ ਵਿਖਾ ਮਾਜੇ ਮਾਸ਼ਾਅੱਲਾ ਜੀ ਮਾਸ਼ਾਅੱਲਾ ਚੰਗੀ ਕਾਦਾਵਰ ਤੇ ਚੰਗੇ ਪੁੱਠੇਦਾਰ 10 ਵਜੇ ਦੀ ਚੁਮੀ ਹੋਈ 10 ਵਜੇ ਦੀ ਭਾਈ ਤੇ ਕਿੰਨਾ ਦੁੱਧ ਇਸ ਟਾਈਮ ਹੈ ਜੀ 6-7 ਦਿਨ 15 ਤੋਂ 16 ਲੀਟਰ ਦੁੱਧ ਹੈ ਮਾਜ ਕੋ ਹਾਲੀ ਬੋਲੇ ਵਿੱਚ ਅੱਜ ਮਾਜ 50 ਦਿਨ ਦੀ ਸੂਈ ਹੋਈ ਹੈ ਮਾਜ ਪਹਿਲਣ ਝੋਟੀ ਹੈ ਮਾਸ਼ਾਅੱਲਾ ਜੀ ਪਹਿਲਣ ਝੋਟੀ ਥੱਲੇ ਕੱਟੀ ਹੈ ਤੇ ਕੱਟੀ ਮਾਸ਼ਾਅੱਲਾ ਚੰਗੀ ਤਗੜੀ ਹੈ ਤੇ ਇਸ ਟਾਈਮ 15 ਤੋਂ 16 ਲੀਟਰ ਪਹਿਲਣ ਹੋ ਕੇ ਮਾਸ਼ਾਅੱਲਾ ਦੁੱਧ ਦੇ ਰਹੀ ਹੈ ਅਗਰ ਕੋਈ ਦੋਸਤ ਇੱਥੇ ਆ ਕੇ ਚੁਆਈ ਕਰਦਾ ਤੇ ਇਹਦੀ ਅਸੀਂ ਜਨਾਬ
ਗਰੰਟੀ ਦਿੰਦੇ ਹਾਂ 10 ਵਜੇ ਦੀ ਭਾਈ ਜਾਨ 10 ਵਜੇ ਦੀ ਮਾਂ ਚੋਈ ਦੋ ਟਾਈਮ ਤਰਾ ਟਾਈਮ ਮਾਂ ਚਾਰ ਟਾਈਮ ਆ ਕੇ ਮਾਂ ਮੇਰੀ ਚੋਮੇ ਮਾਂ ਨਾ ਹੋਵੇ ਆਇਆ ਦੋਸਤਾਂ ਨੂੰ ਮੈਂ ਕਿਰਾਇਆ ਖਰਚਾ ਹੀ ਮਾਂ ਦਾ ਦੇਸਾਂ ਮਾਸ਼ਾਅੱਲਾ ਮੇਰੀ ਮਾਂ ਜਿਹੜਾ ਦੋ ਤਰਾ ਨਾ ਹੋਵੇ ਬਿਲਕੁਲ ਜੀ ਅਗਰ ਜਦੋਂ ਮਾਂ ਦੂਸਰਾ ਸੂਏ ਵਾਸਤੇ ਤਿਆਰ ਹੁੰਦੀ ਹੈ ਨਾ ਤਾਂ ਮਾਸ਼ਾਅੱਲਾ 5 ਲੱਖ ਦੀ ਮਾਂ ਚਾਹੀਦੀ ਹਾਂ ਬਿਲਕੁਲ ਜਿੰਨਾ ਕੱਦ ਹੈ ਮਾਸ਼ਾਅੱਲਾ ਜਿੰਨਾ ਕਿ ਦੇਖੋ ਥਣਾ ਚ ਵੇਲ ਖੂਬਸੂਰਤੀ ਐ ਦੋਸਤੋ ਵਿਰਲ ਚੈੱਕ ਕਰੋ ਮਾਸ਼ਾਅੱਲਾ ਬਹੁਤ ਖੂਬਸੂਰਤ ਥਣ ਤੇ ਮੁੱਠੀ ਪਰ ਤੇ ਵਿਲਰ ਵਿਰਲ ਵਾਲਾ ਲੱਗਾ ਤੇ ਚੰਗੀ ਕੱਦਾਵਰ ਜੀ ਭਾਈ ਕੀਮਤ ਬੋਲੋ ਇਸ ਦੀ ਭਾਈ ਜਾਨ ਮਾਂ ਦਾ ਮੁੱਲ ਤਾਂ ਕਰੀਏ ਤਾਂ ਭਾਵੇਂ 5 ਲੱਖ ਕਰ ਲਵੀਏ ਪਰ ਆਪਾਂ ਉਹ ਪਹਿਲੀ ਵੀਡੀਓ 5 ਲੱਖ ਮੁੱਲ ਨਹੀਂ ਕਰਨੇ ਆ ਜਿਵੇਂ ਬੰਦੇ ਕਰਦੇ ਨੇ ਜੀ ਮਾਂ ਦਾ ਮੁੱਲ ਕਰਨਾ 3 ਲੱਖ ਤੇ 60,000 ਰੁਪਇਆ 3 ਲੱਖ ਤੇ 60,000 ਡਿਮਾਂਡ ਕਰਦੇ ਪਏ ਨੇ ਤੇ ਪਿਆਰ ਮੁਹੱਬਤ ਕਰਕੇ ਫਾਈਨਲ ਜੇ ਬੋਲੋ ਜੀ ਕਿਤਨੇ ਪਿਆਰ ਮੁਹੱਬਤ ਕਰਕੇ 55 ਕਾਲੀ ਸਾਹਿਬ ਮਾਂ ਵੀ ਤਾਂ ਤਕਾ ਪਹਿਲਣ ਝੋਟੀ ਹੈ ਮੂੰਹ ਚੋਂ ਛਿਗੀ ਹੈ ਹਾਲੀ ਤਾਈਂ ਮਾਸ਼ਾਅੱਲਾ ਜੀ ਹੁੰਦੇ ਸੂਏ ਮਾਂ ਭਵੇਂ 8 ਲੱਖ ਦੀ ਵੇਚ ਲਵੀ ਬਿਲਕੁਲ ਜੀ ਮਾਸ਼ਾਅੱਲਾ ਚੰਗੇ ਥੱਲੇ ਕੱਟੀ ਹੈ 2 ਵਜੇ ਦੀ ਮਾਂ 10 ਵਜੇ ਦੀ ਚੁਮੀ 10 ਵਜੇ ਦੀ 10 ਵਜੇ ਚੂਈਏ ਤੇ ਹਲੇ ਤੱਕ ਟਾਈਮ ਹੋਇਆ ਜੀ 3 ਦਾ ਯਾਨੀ ਕਿ 5 ਘੰਟੇ ਹੋਏ ਨੇ ਮਾਂ ਚੋਈ ਨੂੰ ਤੇ ਹਲੇ ਤੱਕ ਜਦੋਂ ਤਿਆਰ ਹੁੰਦੀ ਨਾ ਮਾਈ ਤੇ ਤੁਸੀਂ ਲਿਬਾਸ ਚੈੱਕ ਕਰੋ ਤਾਂ ਜਿਤਨਾ ਕੱਦ ਬਹੁਤ ਵੇਲ ਮਾਜ ਕੋਲ ਆਈ ਔਰ ਅਲਹਮਦੁਲਿਲਾ 20 ਕਿਲੋ ਦੀ ਗਰੰਟੀ ਹੈ ਅਗਰ ਕੋਈ ਦੋਸਤ ਇਹਨੂੰ ਖੁਰਾਕ ਪਾਉਂਦਾ ਤੇ ਦੇਵੇਗੀ ਇਨਸ਼ਾਅੱਲਾ ਦੇਵੇਗੀ ਨਹੀਂ ਦੇਸੀ ਤੇ 3 ਲੱਖ ਸਾਰੀ ਵਿਖਾ ਸਾਰੀ ਮਾਈ ਵਿਖਾ ਅੱਗੋਂ ਪਿੱਛੋਂ ਮਾਈ ਸਾਰੀ ਵਿਖਾ ਜਿਹੜੇ ਮਾਈ ਵੇਖੀ ਤੇ ਪਿੰਡ ਜੋ ਹੋਰ ਕਿਹੜੀ ਕੋ ਗੁੰਜਾਇਸ਼ ਹੈ ਪਿਆਰ ਮੁਹੱਬਤ 3,55,000 ਚੋ ਜੀ 3.5 ਲੱਖ ਰੁਪਇਆ ਫਾਈਨਲ ਮੁੱਲ ਹੈ ਮਾਈ ਦਾ ਤੇ ਆਇਆ ਦੋਸਤਾਂ ਨਾਲ ਮੁੜ ਪਿਆਰ ਮੁਹੱਬਤ ਹੋ ਜਾਏਗੀ ਮਾਸ਼ਾਅੱਲਾ ਜੀ 3,50,000 ਤੇ 50,000 ਰੁਪਇਆ ਰੇਟ ਹੈ 15 ਤੋਂ 16 ਲੀਟਰ ਮਾਈ ਕੋ ਦੁੱਧ ਦੇ ਨਾ ਆਏ ਹੋਏ ਮਾਈ ਦੇ ਸੋ ਦੋ ਦੋਵੇਂ ਦੋ ਟਾਈਮ ਚੋਣਾ ਗੱਡੀ ਦਾ ਕਿਰਾਇਆ ਖਰਚਾ ਮੈਂ ਦੇਸਾਂ ਭਾਈ ਠੀਕ ਹੋ ਗਿਆ ਜੀ 3.5 ਲੱਖ ਰੁਪਇਆ ਜੀ ਕੀਮਤ ਹੈ ਆਇਆ ਦੋਸਤਾਂ ਨਾਲ ਜ਼ਰੂਰ ਪਿਆਰ ਮੁਹੱਬਤ ਇਨਸ਼ਾਅੱਲਾ ਕਰਨਗੇ ਤੇ ਪਹਿਲਾ ਵਾਰਾ ਸੂਈ ਥੱਲੇ ਕੱਟੀ ਤੇ 16 ਲੀਟਰ ਦੀ ਯਾਨੀ ਕਿ ਬੋਲੇ ਦੀ ਗਰੰਟੀ ਹੈ ਜੀ ਇਨਸ਼ਾਅੱਲਾ ਠੀਕ ਹੈ ਜੀ ਅੱਗੇ ਲਾਇਆ ਤੀਸਰੇ ਨੰਬਰ ਤੇ ਜੀ ਮਾਜੀ ਜੀ ਭਾਈ ਤਾਰੇ ਪੈਰ ਬਾਸ ਤੀਸਰੇ ਨੰਬਰ ਵਾਲੀ ਦੀ ਡਿਟੇਲ ਬੋਲੋ ਜੀ ਭਾਈ ਜਰ ਪਹਿਲੇ ਝੋਟੀ ਮੂੰਹ ਚ ਚੌਗੀ ਹੈ ਥੱਲੇ ਦੇ ਕੱਟਾ ਹੈ ਪਹਿਲਾ ਸੂਆ ਸੂਈ ਹੈ ਮੂੰਹ ਚੌਗੀ ਹੈ ਤੇ ਥੱਲੇ ਕੱਟਾ ਤੇ ਕਿੰਨੇ ਦਿਨਾਂ ਦੀ ਸੂਈ ਹੋਈ ਜੀ ਇਹ ਸੂਈ ਨੂੰ ਅੱਜ ਹੋ ਗਿਆ 5ਵਾਂ ਦਿਨ ਜੀ 6ਵਾਂ ਦਿਨ ਜੀ 5 ਤੋਂ 6 ਦਿਨ ਦੀ ਸੂਈ ਹੋਈ ਹੈ ਪਹਿਲਾ ਵਾਰਾ ਸੂਈ ਹੈ ਥੱਲੇ ਕੱਟਾ ਹੈ ਤੇ ਕਿੰਨਾ ਬੋਲਾ ਇਸ ਟਾਈਮ ਜਿਹੜਾ ਹਾਜ਼ਰ ਇਹਦੇ ਬੋਲਾ ਪੱਕਾ ਜੀ 10 ਸੇ ਪੱਕਾ ਬੋਲਾ 10 ਕਿਲੋ 10 ਵਜੇ ਦੀ ਚੁਮੀ ਹੋਈ ਹੈ ਝੋਟੀ ਦੇ ਨਾਲ ਝੋਟੀ ਹੁਣ ਆਈ ਹੈ ਅੱਛਾ ਇਹ ਵੀ 10 ਵਜੇ ਦੀ ਚੁਮੀ ਹੋਈ ਝੋਟੀ 10 ਸੇ ਗਰੰਟੀ ਨਾਲ ਬੋਲਾ ਹੈ ਝੋਟੀ ਬਹੁਤ ਚੰਗੀ ਹੈ ਪਹਿਲਾ ਵਾਰਾ ਸੂਈ ਹੈ ਤੇ ਮਾਸ਼ਾਅੱਲਾ ਇਹ ਵੀ ਚੁਆਈ ਇਹਦੀ ਵੀ 10 ਵਜੇ ਹੋਈ ਹੈ ਯਾਨੀ ਕਿ ਜਿਹੜੇ ਵੀ ਡੰਗਰ ਨੇ ਮੂੰਹ ਖੋਲ ਕੇ ਵਿਖਾ ਮੂੰਹ ਚ ਚੋਗੀ ਹੋ ਜਾ ਥੋੜਾ ਜਿਹਾ ਕਾਲੀ ਪਈ ਖੜੀ ਹੈ ਥੱਲੇ ਕੱਟਾ ਹੀ ਸੂ ਹਾਂਜੀ ਥੱਲੇ ਕੱਟਾ ਹੈ ਦੋਸਤੋ ਤੇ ਪਹਿਲਾ ਵਾਰਾ ਸੂਈ ਹੈ ਤਕਰੀਬਨ 5 ਦਿਨ ਦੀ ਸੂਈ ਹੋਈ ਹੈ 10 ਲੀਟਰ ਇਸ ਟਾਈਮ ਜਿਹੜਾ ਬੋਲਾ ਨਾ ਕੋਈ ਦੋਸਤ ਆ ਕੇ ਠੰਡਾ ਕਰਕੇ ਚੁਆਈ ਕਰਕੇ ਔਰ ਪਿੱਛੇ ਮੋੜੋ ਜੀ ਕੋਈ ਦੋਸਤ ਆਵੇ 10 ਕਿਲੋ ਦਾ ਬੋਲਾ ਜਿਹਦੀ ਯਾਨੀ ਕਿ ਚੁਆਈ ਕਰਵਾ ਕੇ ਦੱਸਣ ਦੋਵਾਂ ਟਾਈਮਾਂ ਦੀ ਤੇ 10 ਵਜੇ ਇਹ ਵੀ ਚੁਆਈ ਕੀਤੀ ਹੋਈ ਹੈ ਮਾਸ਼ਾਅੱਲਾ ਐ ਦੋਸਤੋ ਦੱਸਣ ਦਾ ਹੈ ਕਿ ਕੋਈ ਦੋਸਤਾਂ ਦਾ ਜੀ ਥੱਲੇ ਲੇਵਾ ਨਹੀਂ ਹੈ ਜੀ ਇਹ ਨਹੀਂ ਉਹ ਨਹੀਂ ਹੈ 10 ਵਜੇ ਦੀ ਚੁਮੀ ਬੋਤਲ ਸੋਡੇ ਵਾਲੀ ਵੇ ਮਾ ਚੋਵੇਂ ਨੂੰ ਕੋ ਫੁਆਰਾ ਹੋਵੇ ਛੱਟਾ ਹੋਵੇ ਥਾਣੇ ਗਿਲਟੀ ਹੋਵੇ ਮਟੋ ਮਰੋੜੀ ਹੋਵੇ ਮੇਰੀ ਮਾਜ ਹੈ ਬਿਲਕੁਲ ਠੀਕ ਹੋ ਗਿਆ ਥੋੜਾ ਜਿਹਾ ਹੋਰ ਲਾਇਓ ਨਾ ਐ ਨਾ ਥੋੜਾ ਜਿਹਾ ਰਲ ਕੇ ਆਈਆਂ ਤੇ ਮੱਝਾਂ ਦੀ ਪਾਰੂ ਥੋੜਾ ਜਿਹਾ ਕੀਤੀ ਖੜੀ ਹੈ ਬਾਕੀ ਮੂੰਹ ਚ ਗਰੰਟਡ ਚੌਗੀ ਹੈ ਜੀ ਚੌਗੀ ਮੂੰਹ ਪਾਟ ਕੇ ਵਿਖਾ ਮਾਜਦਾ ਜੀ ਹੋ ਜਾ ਕਾਲੀ ਜੀ ਪਈ ਖੜੀ ਹੈ ਤਾਂ ਕਰਕੇ ਦੁਬਾਰਾ ਫਿਰ ਡਿਟੇਲ ਭਾਈ ਤੇਰੇ ਬਾਸ ਦੇ ਦੇ ਦੋ ਭਾਈ ਪਹਿਲੇ ਝੋਟੀ ਹੈ 5-7 ਦੇ ਵਾਲੀ 6 ਦੇ ਵਾਲੀ ਸੂਈ ਹੋਈ ਹੈ ਝੋਟੀ ਠੀਕ ਹੋ ਗਿਆ ਜੀ ਮਾਜ ਕੋ ਝੋਟੀ ਕੋਲ ਬੋਲਾ 10 ਸੇਟ ਦੇ ਰੇ
10 ਕਿਲੋ ਚੁਆਈ ਤਸੱਲੀ ਨਾਲ ਕਰਕੇ ਕੋਈ ਤਸੱਲੀ ਨਾਲ ਹੈ ਹਾਂਜੀ ਚੁਆਈ ਤਸੱਲੀ ਨਾਲ ਕਰਕੇ 10 ਸਿਰ ਬੋਲਾ ਹੈ ਝੋਟੀ ਮੂੰਹ ਚ ਚੋਗੀ ਹੈ ਬਾਕੀ ਦੋਸਤ ਆ ਵੇਂਦੇ ਪੈਣੇ ਠੀਕ ਹੋ ਗਿਆ ਤੇ ਕੀਮਤ ਬੋਲੋ ਜੀ ਇਹਦੀ ਪਿਆਰ ਮੁਹੱਬਤ ਨਾਲ ਇਹਨਾਂ ਦਾ ਕਰਦੇ ਰਹੀਏ ਤੇ ਭਾਵੇਂ ਜਿੰਨੀ ਮਰਜ਼ੀ ਕਰੀਏ ਰੱਖੀਏ ਇਹਦਾ 2,95,000 2,95,000 ਜੀ ਰੇਟ ਹੈ ਤੇ ਪਿਆਰ ਮੁਹੱਬਤ ਕਰਕੇ ਜੀ ਫਾਈਨਲ ਜੀ ਗੱਲ ਫਾਈਨਲ ਭਾਈ ਆ ਸਿਰ 90 ਹੋ ਜਾਸੀ ਇਸ ਤੋਂ ਅਗਾ ਨਹੀਂ 2,90,000 ਰੁਪਇਆ ਜੀ ਕੀਮਤ ਹੈ ਤੇ ਇਨਸ਼ਾਅੱਲਾ ਦੋਸਤਾਂ ਨਾਲ ਪਿਆਰ ਮੁਹੱਬਤ ਬਾਈ ਠੀਕ ਹੋ ਗਿਆ ਜੀ ਤੀਸਰੇ ਨੰਬਰ ਵਾਲੀ ਦੀ ਕੀਮਤ 2,90,000 ਤੇ ਇਨਸ਼ਾਅੱਲਾ ਆਇਆ ਦੋਸਤਾਂ ਨਾਲ ਪਿਆਰ ਮੁਹੱਬਤ ਐਸ ਥੱਲੇ ਕੱਟਾ ਤੇ 5 ਦਿਨ ਦੀ ਸੂਈ 10 ਲੀਟਰ ਦੁੱਧ ਹੈ ਤੇ ਲਾਇਆ ਹੋ ਗਿਆ ਜੀ ਚੌਥੇ ਨੰਬਰ ਤੇ ਜੀ ਚੌਥੇ ਨੰਬਰ ਵਾਲੀ ਮਾਈ ਦਿਖਾਉਂਦੇ ਪਏ ਜੀ ਇਹਦੀ ਡਿਟੇਲ ਬਸ ਸੂਏ ਜੀ ਦੂਸਰਾ ਵਾਰਾ ਸੂਈ ਹੋਈ ਹੈ ਆ ਇਹਦੇ ਥੱਲੇ ਕੱਟੀ ਏ ਅੱਛਾ ਜੀ ਇਹ ਸੂਈ ਹੋਈ ਅੱਜ 12 ਤੋਂ 14 ਦਿਨਾਂ ਦੀ ਜੀ 12 ਤੋਂ 14 ਦਿਨਾਂ ਦੀ ਸੂਈ ਹੋਈ ਹੈ ਦੂਸਰਾ ਵਾਰਾ ਸੂਈ ਹੈ ਤੇ ਥੱਲੇ ਕੱਟੀ ਹੈ ਜੀ ਆ ਜੀ ਇਹ ਥੱਲੇ ਕੱਟੀ ਏ ਤੇ ਕਿੰਨਾ ਦੁੱਧ ਹੈ ਜੀ ਇਸ ਟਾਈਮ ਹੁਣ ਤਾਂ ਦੁੱਧ ਬੋਲਾ ਤਾਂ ਹੈ ਨਹੀਂ ਹੁਣ ਇਹਦੇ ਭਾਈ ਜਾਨ ਇਸ ਟਾਈਮ ਪੱਕਾ 10 ਕਿਲੋ ਦੁੱਧ ਹੈ ਦੋਵਾਂ ਟਾਈਮਾਂ ਦਾ ਪੱਕਾ ਮੁਕੰਮਲ ਚੁਆਈ ਕਰਕੇ ਹਾਂ ਮੁਕੰਮਲ ਚੁਆਈ ਕਰਕੇ 10 ਸਿਰ ਦੁੱਧ ਹੈ ਠੀਕ ਹੋ ਗਿਆ ਜੀ ਇੱਕ ਥਣ ਬੱਚੇ ਨੂੰ ਦੇ ਕੇ ਤਿੰਨਾਂ ਥਣਾਂ ਚੋਂ 10 ਕਿਲੋ ਮਾਜ ਕੋ ਦੁੱਧ ਹੈ ਜੀ ਦੋਵਾਂ ਟਾਈਮਾਂ ਦਾ ਯਾਨੀ ਕਿ ਇੱਕ ਥਣ ਬੱਚੇ ਨੂੰ ਦੇ ਕੇ 10 ਕਿਲੋ ਦੁੱਧ ਕੋਈ ਦੋਸਤ ਆ ਕੇ ਚੋਵੇ ਹਾਂ ਦੋ ਟਾਈਮ ਚੋ ਲਵੇ ਭਾਈ ਜਾਨ ਹਾਂ ਠੀਕ ਹੋ ਗਿਆ ਜੀ ਇਹ ਸਾਡੀ ਗਰੰਟੀ ਅਲਹਮਦੁਲਿਲਾ ਮੇਰੀ ਵੀ ਗਰੰਟੀ ਹੈ ਤੇ ਬਾਈ ਤਹਿਰਬਾਦ ਦੀ ਵੀ ਗਰੰਟੀ ਹੈ ਜਿਹੜਾ ਦੁੱਧ ਦੱਸਿਆ ਸੁਆ ਦੱਸਿਆ ਅਲਹਮਦੁਲਿਲਾ ਉਵੇਂ ਨਾ ਹੋਵੇ ਦੋਸਤਾਂ ਦਾ ਆਇਆਂ ਦਾ ਖਰਚਾ ਦੇਵਾਂਗੇ ਔਰ ਅਗਰ ਕੋਈ ਦੋਸਤ ਮੰਗਾਦਾ ਤਾਂ ਅਲਹਮਦੁਲਿਲਾ ਉਹ ਸਾਡਾ ਖਰਚਾ ਹੋ ਸੀ ਅਸੀਂ ਆਪਣੇ ਆਪ ਤੇ ਯਾਨੀ ਕਿ ਥਣ ਵੇਖ ਮਾਈ ਨੂੰ ਥਣ ਵੀ ਖਾ ਲਾਟੂ ਰੇਤ ਨਿਕਾ ਹੋਇਆ ਹੈ ਇਹਦੀ ਚੁਆਈ ਵੀ ਉਸ ਟਾਈਮ ਹੀ ਕੀਤੀ ਨੇ ਹਾਂਜੀ ਇਹਦੀ ਵੀ 10 ਵਜੇ ਦੀ ਚੁਆਈ ਹੈ ਮੈਂ ਜੀ ਆਈਆਂ ਹੀ ਹੋਣ ਆਣੇ ਸਾਰੀਆਂ ਠੀਕ ਹੋ ਗਿਆ ਜੀ ਤੇ ਕੀਮਤ ਬੋਲੋ ਬਾਈ ਤਾਇਰ ਬਾਸ ਇਹਦੀ ਕੀਮਤ ਜੀ 2,35,000 ਰੁਪਇਆ ਬਾਈ 2,35,000 ਕੀਮਤ ਹੈ ਜੀ ਮਾਸ਼ਾਅੱਲਾ ਇਹ ਕੀਮਤ ਨਹੀਂ ਹੈ ਤਾਜ਼ੀ ਸੂਈ ਮਾਝ ਅੱਗੂ ਯਾਨੀ ਕਿ ਮੌਸਮ ਜਾਂ ਜਿਹੜਾ ਰੂਟੀਨ ਚੱਲ ਰਹੀ ਮੰਗਾਈ ਦੀ ਇਹ ਦੋਸਤੋ ਕੀਮਤ ਨਹੀਂ ਹੈ ਕੱਟੇ ਤੇ ਸਸ਼ਨ ਥੱਲੇ ਕੱਟੀ ਹੈ 10-12 ਦਿਨ ਦੀ ਸੂਈ ਹੋਈ ਮਾਸ਼ਾਅੱਲਾ ਤੇ ਮਾਝ ਆਪ ਵੀ ਖੂਬਸੂਰਤ ਹੈ ਬਿਲਕੁਲ ਬਰੀਕ ਤੇ ਬਰੀਕ ਚਮੜੀ ਦੀ ਤੇ ਬਰੀਕ ਪੁੱਛਲ ਵਾਲੀ ਤੇ ਬਰੀਕ ਕੱਚ ਦੀ ਬਣੀ ਹੋਈ ਤੇ ਮਾਸ਼ਾਅੱਲਾ ਦੁੱਧ ਦੇਣ ਵਾਲੀ ਹੈ ਤੇ 2,35,000 ਜੋ ਬਾਈ ਤਾਇਰ ਅਬਾਸ ਪਿਆਰ ਮੁਹੱਬਤ ਭਾਈ ਯਾਰ 5,000 ਹੋਰ ਛੱਡ ਦਿੰਦੇ ਆ 2,30,000 ਹੋ ਗਿਆ ਜੀ 2,30,000 ਰੁਪਇਆ ਜੀ ਕੀਮਤ ਕਰ ਰਹੇ ਤੇ ਆਇਆ ਦੋਸਤਾਂ ਨਾਲ ਪਿਆਰ ਮੁਹੱਬਤ ਪਿਆਰ ਮੁਹੱਬਤ ਹੋਰ ਜਾਸੀ 5,000 ਹੋਰ ਪਿਆਰ ਮੁਹੱਬਤ ਅੱਛਾ ਅੱਜ ਪਹਿਲੇ ਮਾਸ਼ਾਅੱਲਾ ਬੰਦੇ ਇਨਸ਼ਾਅੱਲਾ ਆ ਬਿਲਕੁਲ ਜੀ 2,25,000 ਕੀਮਤ ਹੈ ਹੋਰ ਪਿਆਰ ਮੁਹੱਬਤ ਇਨਸ਼ਾਅੱਲਾ ਹੋਰ ਵੀ ਕਰਾਂਗੇ ਹੋਰ ਵੀ ਪਿਆਰ ਮੁਹੱਬਤ ਠੀਕ ਹੋ ਗਿਆ ਜੀ 2,25,000 ਰੁਪਇਆ ਚੌਥੇ ਨੰਬਰ ਵਾਲੀ ਦੀ ਕੀਮਤ ਹੈ ਜੀ ਇਨਸ਼ਾਅੱਲਾ ਆਇਆ ਦੋਸਤਾਂ ਨਾਲ ਕੋਈ ਮਯੂਸੀ ਨਹੀਂ ਹੋਣ ਦਿੰਦੇ ਜੀ ਮਯੂਸੀ ਨਹੀਂ ਇਨਸ਼ਾਅੱਲਾ ਡੰਗਰ ਚੰਗਾ ਦਿਸਾਂ ਡੰਗਰ ਉੱਥੇ ਗਿਆ ਹੋਏ ਮੇਰਾ ਨਾ ਪਸੰਦ ਆਵੇ ਕਿਰਾਇਆ ਮੇਰਾ ਖਰਚਾ ਮੇਰਾ ਡੰਗਰ ਵਾਪਸ ਠੀਕ ਹੋ ਗਿਆ ਜੀ ਅੱਗੂ ਲੈ ਆਓ ਜੀ ਗਾਏ ਜੀ ਅੱਗੂ ਅੱਗੂ ਲੈ ਆਓ ਜੀ 5ਵੇਂ ਨੰਬਰ ਤੇ ਗਾਏ ਜੀ ਦੋਸਤੋ 5ਵੇਂ ਨੰਬਰ ਤੇ ਗਾਂ ਦਿਖਾ ਰਹੇ ਹਾਂ ਮਾਸ਼ਾਅੱਲਾ ਖੂਬਸੂਰਤ ਤੇ ਪਿਓਰ ਵਲੈਤਨ ਤੇ ਤਾਜ਼ੀ ਸੂਈ ਹੋਈ ਤੇ ਤਾਇਰ ਬਾਈ ਦੱਸਦੇ ਨੇ ਕਿ ਕਦੋਂ ਦੀ ਸੂਈ ਹੈ ਜੀ ਇਹ ਭਾਈ ਜਾਨ ਕੱਲ ਰਾਤ ਦੀ ਗਾਂ ਸੂਈ ਹੋਈ ਹੈ ਅੱਛਾ ਜੀ ਥੋੜੀ ਗਾਂ ਟੁਰਨ ਦੇ ਗਾਂ ਕੱਲ ਰਾਤ ਦੀ ਗਾਂ ਸੂਈ ਹੋਈ ਹੈ ਗਾਂ ਕੋਲ 14 ਤੋਂ 15 ਲੀਟਰ ਬੋਲਾ ਹੈ ਠੀਕ ਹੋ ਗਿਆ ਮੇਰੀ ਗਾਰੰਟੀ ਹੈ 25-24 ਸਿਰ ਗਾਂ ਦੁੱਧ ਨਾ ਕਰੇ ਗਾਂ ਮੇਰੀ ਪਿਛਾ ਕੱਲ ਰਾਤ ਦੀ ਸੂਈ ਹੈ ਤੇ ਥੱਲੇ ਵੱਛੀ ਹੈ ਵੱਛਾ ਥੱਲੇ ਵੱਛਾ ਹੈ ਥੱਲੇ ਵੱਛਾ ਰੱਖ ਚਾਂ ਬੱਚਾ ਵੀ ਖਾ ਕੱਲ ਰਾਤ ਦੀ ਸੂਈ ਹੈ ਇਸ ਵਾਂ ਦੋਸਤਾਂ ਨੂੰ ਵਿਖਾ ਹੈ ਪੂਰਾ ਹੀ ਗਾਂ ਵਿਖਾ ਇਹ ਥੱਲੇ ਬੱਚਾ ਸਾਹਿਵਾਲ ਨਸਲ ਦਾ ਤੇ ਆਪ ਦੀ ਜਿਹੜੀ ਯਾਨੀ ਕਿ ਗਾਂ ਦੀ ਨਸਲ ਹੈ ਵਲੈਤਨ ਪਿਓਰ ਆਸਟ੍ਰੇਲੀਆ ਫਰੀਜ਼ੀਅਨ ਨਸਲ ਦੀ ਗਾਂ ਹੈ ਮਾਸ਼ਾਅੱਲਾ ਤੇ ਗਾਂ ਨੂੰ ਮਾਸ਼ਾਅੱਲਾ ਥਣ ਵੇਖ ਗਾਂ ਨੂੰ ਜਿਵੇਂ ਚੌਂਸਾ ਅੰਬ ਲੱਗਾ ਹੋਇਆ ਹੈ ਮਾਸ਼ਾਅੱਲਾ ਥਣ ਸੋਹਣਾ ਮੁੱਠੀ ਭਰ ਜਿਵੇਂ ਅੰਬ ਹੁੰਦਾ ਇੰਜ ਤਾਂ ਖੂਬਸੂਰਤ ਲੱਗਾ ਹੋਇਆ
ਤੇ ਚੁਆਈ ਛੁਆਈ ਮਾਸ਼ਾਅੱਲਾ ਚੰਗੀ ਮੋਟੀ ਛੁਆਈ ਮਾਂ ਨਾ ਵੀ ਐ ਸੋਹਣੀ ਚੁਆਈ ਭਾਵੇਂ ਜਿਸ ਤਰ੍ਹਾਂ ਮਰਜ਼ੀ ਬੰਦੇ ਪਲਾਸਟਿਕ ਵਾਲੀ ਬੋਤਲ ਚੋਈ ਰੱਖਣ ਗਾਂ ਜੀ। ਅੱਛਾ ਜੀ ਭਾਈ ਆਸੇ ਵੈਸ ਵਕਤ ਗਾਂ ਕੋਲ 15-16 ਲੀਟਰ ਬੌਲਾ ਕੋਈ ਬੰਦਾ ਚੋ ਲਵੇ ਗਾਂ ਜੀ ਠੀਕ ਹੋ ਗਿਆ ਜੀ ਇਨਸ਼ਾਅੱਲਾ 15-16 ਲੀਟਰ ਬੌਲਾ ਥੱਲੇ ਤੇ ਜਿਵੇਂ ਜਿਵੇਂ ਅਗਾਂ ਇਹ ਪਲਾਸਟਿਕ ਆਇਆ ਜਿਵੇਂ ਜਿਵੇਂ ਅਗਾਂ ਗਾਂ ਵੱਧਦਾ ਹੀ ਜਾਵੇਗਾ ਇਨਸ਼ਾਅੱਲਾ ਆਪਾਂ ਗਾਂ ਕੋ ਡੰਗਰ ਮਾੜਾ ਨਹੀਂ ਵੀਡੀਓ ਤੇ ਲਾਉਣਾ ਪਹਿਲੀ ਵੀਡੀਓ ਏ ਜੀ ਆਪਣਾ ਇਲਾਕੇ ਵਿੱਚ ਨਾ ਇਨਸ਼ਾਅੱਲਾ ਜੀ ਇਹ ਬਾਈ ਤਾਹਿਰ ਅਬਾਸ ਦਾ ਅਲਹਮਦੁਲਿਲਾ ਪੂਰੇ ਇਲਾਕੇ 'ਚ ਨਾਂ ਹੈ ਜਾਨਵਰਾਂ ਦਾ ਹਰ ਕਿਸਮ ਦੇ ਜਾਨਵਰ ਇਹਨਾਂ ਕੋਲ ਹੁੰਦੇ ਨੇ ਕੋਈ ਤੋਕੜ ਕੋ ਮੱਝਾਂ ਤਾਜ਼ੀਆਂ ਗਾਵਾਂ ਜਿਸ ਤਰ੍ਹਾਂ ਦੇ ਜਿਸ ਰੰਗ ਦੇ ਦੋਸਤੋ ਅਗਰ ਕਿਸੇ ਦੋਸਤ ਨੂੰ ਕੋਈ ਜਾਨਵਰ ਦੀ ਜ਼ਰੂਰਤ ਹੈ ਬਾਈ ਤਾਹਿਰ ਅਬਾਸ ਨਾਲ ਰਾਬਤਾ ਕਰੇ ਔਰ ਉਹਨਾਂ ਦਾ ਹਰ ਵਕਤ ਅਤੇ ਹਰ ਕਿਸਮ ਦੇ ਜਾਨਵਰ ਮਿਲਣਗੇ ਅਤੇ 15-16 ਲੀਟਰ ਬੌੜਾ ਥੱਲੇ ਅਤੇ ਅਜ਼ਾਨ ਦੋਸਤੋ ਦੀ ਵੀ ਬ੍ਰੇਕ ਲਾਉਂਦੇ ਹਾਂ ਫਿਰ ਇਨਸ਼ਾਅੱਲਾ ਨਾਲ ਬੋਲਦੇ ਹਾਂ ਫਿਰ ਭਾਈ ਜਾਨ ਇਸ ਟਾਈਮ ਗਾਂ ਕੋਲ 14-15 ਲੀਟਰ ਚੋ ਕੇ ਬੌਲਾ ਦੋਵਾਂ ਟਾਈਮਾਂ ਦਾ ਚੋ ਕੇ ਬੱਚੇ ਨੂੰ ਛੱਡ ਕੇ ਠੀਕ ਹੋ ਗਿਆ ਗਾਂ 25-30 ਲੀਟਰ ਦੁੱਧ ਨਾ ਕਰੇ 3 ਟਾਈਮ ਵਾਲੀ ਚੁਆਈ ਵਾਲੀ ਗਾਂ ਆਈ ਮਾਸ਼ਾਅੱਲਾ ਜੀ ਬਾਕੀ ਦੋਸਤੋ ਥਣ ਜਿਹੜਾ ਨਾ ਤਾਰੀਫ ਤੇ ਰੱਬ ਦੀ ਜ਼ਾਤ ਦੀ ਕਾਲਾ ਮੁੱਠੀ ਭਰ ਥਣ ਮਾਸ਼ਾਅੱਲਾ ਮੋਟਾ ਨੰਬਰ ਤੇ ਗਾਂ ਹੈ ਬੰਦੇ ਆਂਦੇ ਨੇ ਗਾਂ ਲਾਇਆ ਹੀ ਲਬਾ ਜਾ ਹੇਠ ਬੱਚਾ ਲਾ ਹੀ ਨਾ ਗਾਂ ਦੇ ਥੱਲੇ ਬਿਲਕੁਲ ਅਸੀਲ ਸ਼ਰਾਫ ਗਾਂ ਹੈ ਜੀ ਤੇ ਨਸਲ ਜ਼ਾਤ ਵਾਲੀ ਹੈ ਦੁੱਧ ਦੇਣ ਵਾਲੀ ਹੈ 25-30 ਲੀਟਰ ਵੀ ਜ਼ਾਤ ਅਗਰ ਕੋਈ ਦੋਸਤ ਖੁਰਾਕ ਪਾਉਂਦਾ ਤਾਂ ਅਲਹਮਦੁਲਿਲਾ ਗਾਂ ਦੁੱਧ ਕਰਨ ਵਾਲੀ ਹੈ ਤੇ ਕੀਮਤ ਬੋਲੋ ਬਈ ਤਾਰਬਾ ਕੀਮਤ ਤੇ ਬੋਲੀਏ ਤੇ ਗਾਂ ਦੀ ਭਾਵੇਂ 4 ਲੱਖ ਮੁੱਲ ਕੀਤੀ ਜੇ ਵੀ ਆਪਾਂ ਵੀਡੀਓ ਵਾਲੇ ਕੰਮ ਕਰਨੇ ਨਹੀਂ ਪਿਆ ਜਿਹੜੇ ਬੰਦੇ ਵੀਡੀਓ ਤੇ ਮੁੱਲ ਚ ਇਤਨਾ ਸੱਟ ਦਿੰਦੇ ਨੇ ਵੀ ਇਤਨਾ ਮੁੱਲ ਹੈ ਜੀ ਆਪਾਂ ਗਾਂ ਦੇਣੀ 3,20,000 ਰੁਪਏ ਦੀ ਜੀ 3,20,000 ਕੀਮਤ ਕਰਦੇ ਪਿਓ ਤੇ ਜੇ ਪਿਆਰ ਮੁਹੱਬਤ ਦੋਸਤਾਂ ਨੂੰ ਕਰਕੇ ਜਿਹੜਾ ਫਾਈਨਲ ਸ਼ੂਟ ਕਰਕੇ ਜੀ ਪਹਿਲੀ ਵੀਡੀਓ ਤੇ ਦੋਸਤਾਂ ਨਾਲ 10,000 ਰੁਪਏ ਆਇਆ ਦੋਸਤਾਂ ਨੂੰ ਛੱਡ ਦਿੱਤਾ ਤੇ ਗਾਂ ਵੇਖ ਗਾਂ ਵਿਖਾ ਪੈਸੇ ਨਾ 10 ਗਾਂ ਦੇ 3,10,000 ਹਾਂ ਜੀ 3,10,000 ਦੀ ਗਾਂ ਦੇ ਦਿਸਾਂ ਆਇਆ ਦੋਸਤਾਂ ਨਾਲ ਮੋੜ ਵੀ ਦੀਦ ਪਿਆਰ ਮੁਹੱਬਤ ਚਲੋ ਕੁਝ ਅਸੀਂ ਆਏ ਵੀ ਖੜੇ ਆ ਕਰੋ ਜਾਂ ਮਾਸ਼ਾਅੱਲਾ ਸਾਡੇ ਨਾਲ ਹੀ ਕੋਈ 5,000 ਹੋਰ ਤੇਰੇ ਆਇਆਂ ਨੂੰ ਛੱਡ ਦਿੱਤਾ ਅੱਜ ਮਰਜ਼ੀ ਕਰ ਲਾ ਆਸੇ ਬੋ ਇਸਰੇ ਦੇ ਡੰਗਰ ਜੋਂ ਇੱਚੂ ਬਾਹਰੋਂ ਨਹੀਂ ਲੱਭਦਾ 3,05,000 ਕੀਮਤ ਹੈ ਤੇ ਇਨਸ਼ਾਅੱਲਾ ਆਇਆਂ ਦੋਸਤਾਂ ਨਾਲ ਹੋਰ ਵੀ ਪਿਆਰ ਮੁਹੱਬਤ ਇਨਸ਼ਾਅੱਲਾ ਅੱਛੀ ਖਾਸੀ ਕਰਾਂਗੇ ਆਪ ਦੀ ਗਾਂ ਸੂਈ ਹੋਈ ਥੱਲੇ ਸਾਈਵਾਲ ਦਾ ਬੱਚਾ ਠੀਕ ਹੋ ਗਿਆ ਤੇ ਟਾਈਮ ਵਾਲੀ ਚੁਆਈ ਵਾਲੀ ਗਾਂ ਹੈ 15-16 ਲੀਟਰ ਕੋਈ ਦੋਸਤ ਸਾਡੇ ਕੋਲ ਆ ਕੇ ਜੀ 4-8 ਚੋਵੇ ਆਲਮਦਰ ਅਸੀਂ ਚੁਆਈ ਕਰਵਾ ਕੇ ਦੇਵਾਂਗੇ ਤੇ ਕੋਈ ਇਨਸ਼ਾਅੱਲਾ ਹੁੰਦੇ ਮੈਂ ਨਾ ਵੀ ਗਾਂ ਇੱਥੇ ਇਤਨਾ ਦੁੱਧ ਨਾ ਹੋਵੇ ਕਿਰਾਇਆ ਖਰਚਾ ਵੀ ਦੇਸਾਂ ਹੁੰਦੇ ਰਹਿਣ ਬਹਿਣ ਦਾ ਸਾਰਾ ਖਰਚਾ ਚਾਉਸਾਂ ਬਾਈ ਜਾਨ ਠੀਕ ਹੋ ਗਿਆ ਜੀ 3,05,000 ਕੀਮਤ ਤੇ ਇਨਸ਼ਾਅੱਲਾ ਹੋਰ ਵੀ ਪਿਆਰ ਮੁਹੱਬਤ ਬਾਈ ਤਾਹਿਰ ਅਬਾਸ ਕਰਨਗੇ ਗਾਂ ਕਰਮਾਂ ਲਈ ਨੇ ਚੱਡੇ ਨੇ ਗਾਂ ਠੇ ਨਹੀਂ ਵੀ ਆ ਪਲਾਸਟਿਕ ਹੈ ਵੇਖ ਇਹਨਾਂ ਨੂੰ ਛੇਕ ਕਰ ਠੀਕ ਹੋ ਗਿਆ ਜੀ ਇਨਸ਼ਾਅੱਲਾ 3,05,000 ਤੇ ਬਾਕੀ ਇਨਸ਼ਾਅੱਲਾ ਪਿਆਰ ਮੁਹੱਬਤ ਜ਼ਰੂਰ ਕਰਨਗੇ ਲੈ ਆਓ ਜੀ ਅੱਗੇ ਮੰਡੀਆਂ ਵਾਲੇ ਮੋਲ ਕਰੀਏ ਭਾਵੇਂ ਗਾਂ ਦਾ 4,00,000 ਮੋਲ ਕਰ ਲਓ ਇਨਸ਼ਾਅੱਲਾ ਸਾ ਮੰਡੀਆਂ ਵਾਲੇ ਰੇਟ ਕਰਨੇ ਵੀ ਨਹੀਂ ਤੇ ਪਹਿਲੀ ਵੀਡੀਓ ਤੇ ਦੋਸਤਾਂ ਨਾਲ ਪਿਆਰ ਮੁਹੱਬਤ ਹੀ ਕਰਨਾ ਹੈ ਜੀ ਜਿਹੜੀ ਗਾਂ ਹੁੰਦੀ ਵੀ ਇਨਸ਼ਾਅੱਲਾ ਉਹਨੂੰ ਹੋਰ ਲੰਗੜੇ ਆਂਬ ਲੱਗੇ ਹੋਣਗੇ ਠੀਕ ਹੋ ਗਿਆ ਜੀ ਅੱਗੇ ਦਿਖਾ ਰਹੇ ਹਾਂ ਜੀ ਆਪਾਂ 6ਵੇਂ ਨੰਬਰ ਤੇ ਗਾਏ ਇਹਦੀ ਡਿਟੇਲ ਬੋਲੋ ਜੀ ਤਾਹਿਰ ਅਬਾਸ ਇਹ ਜੀ ਪਿਓਰ ਸਾਈਵਾਲ ਦੀ ਗਾਂ ਠੀਕ ਹੋ ਗਿਆ ਇਸ ਟਾਈਮ ਗਾਂ ਕੋਲ 16-17 ਲੀਟਰ ਬੋਲਾ ਆਇਆ ਹੋਇਆ ਬ੍ਰਾਹਮਣ ਅੱਜ ਗਾਂ ਨੂੰ ਦੂਸਰਾ ਦਿਨ ਸੂਈ ਨੂੰ ਤੀਸਰਾ ਦਿਨ ਥੱਲੇ ਗਾਂ ਦੇ ਵੱਛੀ ਪਿਓਰ ਸਾਈਵਾਲ ਦੀ ਗਾਂ ਨੂੰ ਵੇਖ ਬੰਦਿਆਂ ਨੇ ਲੰਗੜਾ ਅੰਬੇ ਨਹੀਂ ਲੱਗਾ ਤਾਂ ਦੱਸ ਮਾਸ਼ਾਅੱਲਾ ਜੀ ਤੀਸਰਾ ਦੰਗ ਹੈ ਸੂਈ ਨੂੰ ਥੱਲੇ ਵੱਛੀ ਹੈ ਤੇ ਪਿਓਰ ਸਾਈਵਾਲ ਦੀ ਗਾਂ ਹੈ ਜੀ ਔਰ ਅਲਹਮਦੁਲਿਲਾ ਸਾਈਵਾਲ ਆਉਂਦੇ ਰਹਿੰਦੇ ਰੰਗ ਤੇ ਲੇਕਿਨ ਇਹੋ ਜਿਹੀਆਂ ਗਾਵਾਂ ਸਾਈਵਾਲ ਦੀਆਂ ਘੱਟ ਹੀ ਲੱਭ ਸੰਦੇ ਰਹੋ ਗਾਂ ਵਿਖਾ ਕੈਮਰੇ ਵੇ ਬਿਰਾਵਾਂ ਨੂੰ ਪਤਾ ਲੱਗਿਆ ਵੀ ਗਾਂ ਵਾਕਿਆ ਵੱਟੂ ਲਾਈ ਏ ਹਾਂ ਗਾਂ ਵਿਖਾ ਪੂਰੀ ਥੱਲੇ ਵੱਛੀ ਹੈ ਸਾਈਵਾਲ ਪਿਓਰ ਸਾਈਵਾਲ ਬੀਜ ਦੀ ਯਾਨੀ ਕਿ ਬ੍ਰਾਂਡ ਦੀ ਸਾਈਵਾਲ ਦੀ ਗਾਂ ਹੈ ਤੇ ਮਾਸ਼ਾਅੱਲਾ ਜਿਹੜੀ ਖੁਦ ਆਪ ਮਾਂ ਹੈ ਨਾ ਚੰਗੀ ਵੇੜ ਵਜ਼ਨ ਵਾਲੀ ਤੇ ਖੂਬਸੂਰਤ ਪਿਓਰ ਸਾਈਵਾਲ ਇਹੋ ਜੀ ਦੋਸਤੋ
ਸਾਹਿਵਾਲ ਦੇ ਨਾਂ ਤੇ ਰੰਗ ਨੂੰ ਬੰਦੇ ਆਖੀ ਰੱਖਦੇ ਲੱਭਦੀਆਂ ਨਹੀਂ ਤੇ ਥਣ ਦਾ ਮਾਸ਼ਾਅੱਲਾ ਕੋਈ ਮੁੱਲ ਹੀ ਨਹੀਂ ਹੈ ਜਿਸ ਵਿੱਚ ਖੂਬਸੂਰਤ ਥਣ ਲੱਗਾ ਹੋਇਆ 15 ਤੋਂ 16 ਲੀਟਰ ਥੱਲੇ ਬੋਲਾ ਤੀਸਰਾ ਡੰਗ ਹੈ ਸੂਈ ਨੂੰ ਬੋਲਾ ਹੀ ਥੱਲੇ ਹੈ ਜੀ ਹਾਲੀ 15 ਤੋਂ 16 ਲੀਟਰ ਬੋਲਾ ਥੱਲੇ ਤਿੰਨ ਦਿਨ ਦੀ ਸੂਈ ਥੱਲੇ ਬੱਚੀ ਹੈ ਤੇ ਦੂਸਰਾ ਵਾਰਾ ਸੂਈ ਹੈ ਸਾਹਿਵਾਲ ਗਾਂ ਦੁੱਧ ਨਹੀਂ ਦਿੰਦੀ ਜੇ 25-30 ਸਿਰ ਨਾ ਦੇਵੇ ਮੇਰੀ ਗਾਂ ਪਿਛਾਂ ਵੇਚ ਦੇਵੀ ਇਹ ਦੂਸਰਾ ਵਾਰਾ ਕਿ ਤੀਸਰਾ ਵਾਰ ਦੇ ਇਹ ਤੀਸਰਾ ਵਾਰਾ ਗਾਂ ਸੂਈ ਨੂੰ ਗਾਂ ਨੂੰ ਥਣ ਨਹੀਂ ਲੱਗਾ ਲੰਗੜਾ ਅੰਬ ਲੱਗਾ ਇੰਜ ਗਾਂ ਪਰਾ ਟੋਰ ਤੇ ਵਿਖਾ ਤੀਸਰਾ ਵਾਰਾ ਸੂਈ ਸੋਰੀ ਜੀ ਤੀਸਰਾ ਵਾਰਾ ਸੂਈ ਮਾਸ਼ਾਅੱਲਾ ਤੇ ਚੰਗੀ ਵੇੜ ਵਜ਼ਨ ਵਾਲੀ ਤੇ ਖੂਬਸੂਰਤੀ ਤੇ ਵੱਡੀ ਗਾਂ ਹੈ ਮਾਸ਼ਾਅੱਲਾ ਤੇ ਕੀਮਤ ਬੋਲੋ ਬਈ ਤਾਰ ਬਾਸੇ ਦੇ ਮੰਡੀਆਂ ਵਾਲੇ ਮੁੱਲ ਕਰੀਏ ਤੇ ਭਾਵੇਂ ਜਿੰਨਾ ਮਰਜ਼ੀ ਕਰ ਲਈ ਗਾਂ ਦਾ 2,70,000 ਰੁਪਇਆ ਬਾਈ ਆ ਤੇ ਮੁੱਲ ਹੈ 2,70,000 ਰੁਪਇਆ ਪਹਿਲੀ ਵੀਡੀਓ ਹੈ ਪਹਿਲੀ ਵੀਡੀਓ ਹੈ ਬਰਾਵਾਂ ਨੂੰ ਜਿਵੇਂ ਜਿਵੇਂ ਮਾਲ ਲਿਸਣ ਲੋਕਾਂ ਨੂੰ ਪਤਾ ਲੱਗ ਸੀ ਵੀ ਤਹਿਰਬਾਦ ਮਾਲ ਦਿੰਦਾ ਹੈ ਠੀਕ ਹੋ ਗਿਆ ਜੀ 2,00,000 ਤੇ ਕਿੰਨਾ ਰੇਟ ਕੀਤਾ ਨਾ ਜੀ 70,000 ਰੁਪਇਆ ਪਿਆਰ ਮੁਹੱਬਤ ਦੋਸਤਾਂ ਨਾਲ ਜੀ 5,000 ਰੁਪਇਆ ਹੋਰ ਛੱਡ ਦਿਓ ਪਿਆਰ ਮੁਹੱਬਤ 65,000 ਰੁਪਇਆ ਗਾਂ ਦਾ ਮੁੱਲ ਹੀ ਨਹੀਂ 2,65,000 ਰੁਪਇਆ ਤੇ ਹੋਰ ਕੋ ਦੋਸਤਾਂ ਨਾਲ ਪਿਆਰ ਮੁਹੱਬਤ ਦੋਸਤਾਂ ਨਾਲ ਕਾਲੀ ਸਾਂ ਗਾਂ ਵੀ ਤੇ ਵਿਖਾ ਪੈਸੇ ਨਾ ਵਿਖਾ ਇਨ ਗਾਂ ਲੰਮੀ ਕਰਕੇ ਟੋਰ ਮਾਸ਼ਾਅੱਲਾ ਜੀ ਗਾਂ ਦੋਸਤ ਦੇਖ ਵੀ ਰਹੇ ਤੇ ਦਿਖਾ ਵੀ ਰਹੇ ਤੇ ਦੋਸਤਾਂ ਨੂੰ ਦੱਸ ਵੀ ਦਿੱਤਾ ਕਿ ਦੋਸਤ ਸਾਹਿਵਾਲ ਦਾ ਨਾਂ ਹੈ ਲੈਂਦੇ ਨੇ ਲੇਕਿਨ ਲੱਭਦੀਆਂ ਗਾਟਾਂ ਜਿਸ ਤਰ੍ਹਾਂ ਦੀ ਹੈ ਨਸਲ ਪਿਓਰ ਸਾਹਿਵਾਲ ਦੀ ਹੈ ਥਣ ਗਾਂ ਕਿਸੇ ਨੂੰ ਹੈ ਦੀ ਮੱਝੀ ਵਾਲਾ ਥਣ ਗਾਂ ਲੱਗਾ ਹੋਇਆ ਜਵਾ ਮੋਟਾ ਜਵਾ ਛੋਟੀ ਆ ਪਲਾਸਟਿਕ ਵਾਲੀ ਬੋਤਲ ਥੱਲੇ ਰੱਖ ਲਵੇਂ ਫੁਆਰਾ ਹੋਵੇ ਛੱਟਾ ਹੋਵੇ ਘਾਟ ਮਰੋੜੀ ਹੋਵੇ ਗਾਂ ਨੂੰ ਵੰਗਾ ਵੀ ਨਹੀਂ ਲਾਉਣਾ ਥੱਲੇ ਬਾ ਜਾਣਾ ਗਾਂ ਚੋਕ ਮਾਂ ਨਾ ਵੀ ਲੱਤ ਪੱਟੇ ਤੇ ਗਾਂ ਮੇਰੀ ਠੀਕ ਹੋ ਗਿਆ ਜੀ 2,65,000 ਚ ਪਿਆਰ ਮੁਹੱਬਤ ਦੋਸਤਾਂ ਨਾਲ ਲਾਜ਼ਮੀ ਹੈ ਚਲੋ ਦੋਸਤਾਂ ਨਾਲ ਕਰ ਲਈ ਸਾਂ ਪਰ ਗਾਂ ਤਾਂ ਵਿਖਾ ਇੱਕ ਵਾਰ ਗਾਂ ਪੂਰੀ ਵਿਖਾ ਕੇ ਮਾਸ਼ਾਅੱਲਾ ਦੋਸਤਾਂ ਨੂੰ ਦਿਖਾ ਰਹੇ ਹਾਂ ਅਗਰ ਟੋਰੋ ਨਾ ਗਾਂ ਨੂੰ ਇਸ ਤਰ੍ਹਾਂ ਮਾਸ਼ਾਅੱਲਾ ਜੀ ਖੂਬਸੂਰਤ ਤੇ ਲਿਬਾਸ ਦਾ ਜਿਵੇਂ ਆਂਦੇ ਨੇ ਕਿ ਥੱਬੇ ਦੇ ਮਾਸ਼ਾਅੱਲਾ ਲਿਬਾਸ ਬਣਾਏ ਹੋਣ ਗਾਂ ਨੇ ਥੱਲੇ ਬੱਚੀ ਮੰਡੀਆਂ ਵਾਲੇ ਮੁੱਲ ਕਰੀਏ ਤੇ ਭਾਵੇਂ ਸਾਹਿਵਾਲ ਦੀ ਗਾਂ ਦਾ 4,00,000 ਸਾਹਿਵਾਲ ਅਸਲ ਪਿਓਰ ਗਾਂ ਲੱਭਦੀ ਨਹੀਂ ਠੀਕ ਹੋ ਗਿਆ ਗਾਂ ਨੂੰ ਵੇ ਖੰਭ ਦਿਆ ਥਾਣਾ ਰੇੜੀ ਵਾਲਾ ਗਾਂ ਨੂੰ ਕੋਈ ਥਾਣਾ ਆਮ ਲੱਗਾ ਹੋਇਆ ਨਹੀਂ ਨਹੀਂ ਮਾਸ਼ਾਅੱਲਾ ਇਸ ਤਰ੍ਹਾਂ ਦੀ ਕੋਈ ਵਜ਼ਨ ਵਾਲੀ ਖੂਬਸੂਰਤੀ ਵਾਲੀ ਬੱਚਾ ਗਾਂ ਦਾ 4,00,000 ਕਿਉਂ ਹੈੜਾ ਸੱਚੀ ਬੰਦੇ ਬੱਚਾ 4,00,000 ਤੇ ਦੋਸਤਾਂ ਨਾਲ ਪਿਆਰ ਹੋਬਾ ਜ਼ਰੂਰ ਪਾਈ ਤਾਇਰ ਬਾਸ ਇਨਸ਼ਾਅੱਲਾ ਗਾਂ ਦੇ ਵੱਛੀ ਏ ਮਾਂ ਨਾਲੋਂ ਵੱਛੀ ਚੰਗੀ ਏ ਗਾਂ ਦੇ ਠੀਕ ਹੋ ਗਿਆ ਇਨਸ਼ਾਅੱਲਾ 2,65,000 ਜੋ ਪਿਆਰ ਹੋਬਾ ਲਾਜ਼ਮੀ ਇਨਸ਼ਾਅੱਲਾ ਕਰ ਚੱਲ ਅੱਗੇ ਲੈ ਆਓ ਜੀ 7ਵੇਂ ਨੰਬਰ ਤੇ ਜੀ ਮੋਲੀ ਭਾਈ ਆ ਸਭੂ ਅੱਜ ਮਕੂਲ ਕਰਵਾਈ ਜਾਣਾ ਮੈਂ ਕੀ ਕਰਾਂ ਪਿਆਰਾ ਪਹਿਲੀ ਵੀਡੀਓ ਮੈਂ ਤਾਂ ਡਰਾਈ ਖੜਾ ਹਾਂ ਆ ਚਲੋ ਦੋਸਤਾਂ ਨੇ ਇਵੇਂ ਦੇਣਾ ਪਿਆਰ ਮੁਹੱਬਤ ਨਾਲ ਇਨਸ਼ਾਅੱਲਾ ਆਪਾਂ ਪਿਆਰ ਨਾਲ ਰੇਡ ਤੇ ਇਹ ਨਹੀਂ ਕਿ ਪਹਿਲੀ ਵੀਡੀਓ ਕਰਕੇ ਮੋੜ ਗਾਂ ਵੇਖ ਲਿਖਾ ਕਿਸੇ ਲਾ ਮੁਜੂਸੋ ਰਾਤ ਗਾਂ ਤੇ ਗਾਤੇ ਕੀ ਹੋਰੀ ਗਾਂ ਵੇ ਹੋਰੀ ਆਮ ਗਾਂ ਲੱਭੀ ਹੈ ਬਾਰੂ ਜੂ ਵਿੱਚੋਂ ਮਾਸ਼ਾਅੱਲਾ ਦੋਸਤੋ ਪੁੱਠਾ ਗਾਂ ਦਾ ਚੈੱਕ ਕਰੋ ਤੇ ਪੂਰੀ ਇਕੱਲੀ ਗੱਡਾ ਲੈ ਜਾਵਣ ਵਾਲੀ ਹੈ ਤੇ ਅੱਗੇ ਦਿਖਾਣੇ ਜੀ ਆ ਜੋ ਬੈਤਰ ਬਾ 7ਵੇਂ ਨੰਬਰ ਤੇ ਜੀ ਇਹਦੀ ਡਿਟੇਲ ਬੋਲੋ ਜੀ 7ਵੇਂ ਨੰਬਰ ਤੇ 7ਵੇਂ ਨੰਬਰ ਤੇ ਗਾਂ ਜੀ ਦੂਜੇ ਨੇ ਅੱਛਾ ਜੀ ਭਾਈ ਜਾਨ ਕ੍ਰਾਸ ਗਾਂ ਹੈ ਕਾਲਾ ਡ ਗਾਂ ਨੂੰ ਚਿੱਟਾ ਥਣ ਲੱਗਾ ਹੋਇਆ ਗਾਂ ਇਹ ਵੀ ਬੌਕਲ ਰਾਤ ਦੀ ਸੂਈ ਹੋਈ ਏ ਆ ਬੱਚਾ ਵੀ ਖਾ ਬੰਦਿਆਂ ਨੂੰ ਥੱਲੇ ਰਾਤ ਦੀ ਸੂਈ ਹੈ ਗਾਂ 12 ਤੋਂ 13 ਲੀਟਰ ਬੋਲਾ ਏ 12 ਤੋਂ 13 ਲੀਟਰ ਬੋਲਾ ਦੂਸਰਾ ਵਾਰਾ ਸੂਈ ਆ ਦੂਸਰਾ ਵਾਰਾ ਥੱਲੇ ਬੱਚਾ ਹੈ ਥੱਲੇ ਬੱਚਾ ਕੱਲ ਰਾਤ ਸੂਈ ਹੈ ਗਾਂ ਅੱਛਾ ਕੱਲ 2 ਦਿਨ ਦੀ ਯਾਨੀ ਕਿ ਸੂਈ ਹੋਈ ਹੈ ਨਾ ਹਾਂ ਕੱਲ ਰਾਤ ਸੂਈ ਹੈ 2 ਦਿਨ ਦੀ ਸੂਈ ਥੱਲੇ ਬੱਚਾ ਤੇ ਦੂਸਰਾ ਵਾਰਾ ਸੂਈ ਹੈ ਤੇ ਬੋਲਾ 12 ਤੋਂ 13 ਲੀਟਰ ਹਾਂ ਜੀ 12 ਤੋਂ 13 ਲੀਟਰ ਇਨਸ਼ਾਅੱਲਾ ਗਾਂ ਬੋਲਾ ਹੈ ਥਣਾ ਚੋਵਣ ਦੀ ਭਾਵੇਂ ਨਿੱਕੇ ਪਲਾਸਟਰ ਕਰੇ ਭਾਂਡੇ ਵਿੱਚ ਚੋਈ ਰੱਖ ਗਾਂ ਦੇ ਵਿੱਚ ਕੋਈ ਕਮੀ ਪੇਸ਼ੀ ਹੋਵੇ ਮੈਂ ਜ਼ਿੰਮੇਵਾਰ ਬੈਠਾ ਥਣੇ ਛੱਟਾ ਫੁਆਰਾ ਗਿਲਟੀ ਮਰੋੜੀ ਕੋਈ ਕਿਸੇ ਕਿਸੇ ਤੇ ਬਿਲ ਅਸੀਲ ਸਾਫ ਹੈ ਅਸੀਲ ਸਾਫ ਵੰਗਾ ਮਾਰਨਾ ਹੀ ਨਹੀਂ ਗਾਂ ਨੂੰ ਠੀਕ ਹੋ ਗਿਆ ਥੱਲੇ ਬੱਚਾ ਤੇ ਇਹ ਗਾਂ ਮਾਸ਼ਾਅੱਲਾ ਗਾਂ ਸਾਰੀ ਪੂਰੀ ਤੇ ਵੀ ਖਾ ਗਾਂ ਮਾਸ਼ਾਅੱਲਾ ਤੇ ਨਸਲ ਹੈ ਜੀ ਇਹ ਆਪਣਾ ਕ੍ਰਾਸ ਵਲੈਤਨ ਗਾਂ ਇਹ ਡੱਬਾ ਰੰਗ ਗਾਂ ਨੂੰ ਵੀ ਹੋ ਜੀ ਗਾਂ ਦੇ ਦੱਸ ਮਾਸ਼ਾਅੱਲਾ ਬੜੀ ਵੇਲ ਵਾਲੀ ਤੇ ਕਦ ਬੋਤ ਵਾਲੀ ਸੋਹਣੀ ਗਾਂ ਹੈ
ਤੇ ਅਲਹਮਦੁਲਿਲਾ 16-18 ਲੀਟਰ ਅਗਰ ਦੋਸਤ ਕੋਈ ਖੁਰਾਕ ਪਾਉਂਦਾ ਤੇ ਅਲਹਮਦੁਲਿਲਾ ਦੁੱਧ ਦਿਨ ਦੇਸੀ ਕਰੇਗੀ। ਤੇ ਕੀਮਤ ਬੋਲੋ ਬਈ ਤਾਇਰ ਬਾਸ ਇਹਦੀ ਜੀ ਕੀਮਤ 1,80,000 ਰੁਪਈਆ ਜੀ। 1,80,000 ਕੀਮਤ ਹੈ ਤੇ ਪਿਆਰ ਮੁਹੱਬਤ ਕਰਕੇ ਫਾਈਨਲ ਜੀ ਬੋਲੋ ਜੀ। ਫਾਈਨਲ 5,000 ਰੁਪਈਆ ਹੈ ਪਰ ਹਮਨ ਦੋਸਤਾਂ ਨੂੰ ਛੱਡ ਦੀ ਸਾਂ 5,075,000 ਕੀਮਤ ਹੈ ਜੀ। 1,75,000 ਕੀਮਤ ਤੇ ਪਿਆਰ ਮੁਹੱਬਤ ਇਨਸ਼ਾਅੱਲਾ ਜਿੰਨੇ ਵੀ ਜਾਨਵਰ ਦਿਖਾਏ ਨੇ ਪਿਆਰ ਮੁਹੱਬਤ ਦੋਸਤਾਂ ਨਾਲ ਲਾਜ਼ਮੀ ਭਾਈ ਆਸੇ ਸਾਨੂੰ ਵੀ ਪਿਆਰ ਮੁਹੱਬਤ ਕਰਾਈ ਜਾਣਾ ਗਾਂ ਲੋ ਤੇ ਮਾਂ। ਚਲੋ ਜੀ ਤੁਹਾਡੀ ਵੀ ਮਿਹਰਬਾਨੀ ਤੇ ਉਹ ਵੀ ਆਪਣੇ ਦੋਸਤ ਭਰਾ ਨੇ ਜਿਹੜੇ ਦੋਸਤ ਆਪਣੀ ਵੀਡੀਓ ਵੇਖਦੇ ਨੇ ਜਾਂ ਕੋਈ ਪਸੰਦ ਕਰਦੇ ਨੇ ਇਨਸ਼ਾਅੱਲਾ ਜਿਹੜਾ ਮਾਲ ਵੀ ਗਿਆ ਨਾ ਬੰਦੇ ਤੈਨੂੰ ਬਾਰ-ਬਾਰ ਆਖਣ ਵੀ ਕਿਸੇ ਬੰਦੇ ਦੇ ਪੁੱਤਰ ਤੋਂ ਮਾਲ ਆਇਆ ਹੈ। ਠੀਕ ਹੋ ਗਿਆ ਜੀ ਅੱਗੇ ਤੁਹਾਨੂੰ ਦਿਖਾਨੇ ਆ ਜੀ ਇੱਕ ਤੋਕੜ ਮੱਝ ਹੈ ਮਾਸ਼ਾਅੱਲਾ ਇੱਕ ਤੋਹਫਾ ਅਨਮੋਲ ਹੈ ਉਹ ਵੀ ਤੁਹਾਨੂੰ ਵਿਖਾਨੇ ਆ ਨਾਲ ਉਹਦਾ ਵੀ ਡਿਟੇਲ ਰੇਟ ਕਰਨੇ ਆ ਜੀ। ਜੀ 8ਵੇਂ ਨੰਬਰ ਤੇ ਤੋਕੜ ਮੱਝ ਤੁਹਾਨੂੰ ਦਿਖਾਉਂਦੇ ਪਏ ਮਾਸ਼ਾਅੱਲਾ ਇੱਕ ਤੋਹਫਾ ਹੀ ਹੈ ਬਾਈ ਤਾਰ ਤਾਂ ਆਉਂਦੇ ਹਨ ਕਿ ਨਹੀਂ ਲਾਉਣੀ ਹੈ ਕਿ ਲਸਾਂ ਆਖਿਆ ਕਿ ਨਹੀਂ ਕਈ ਦੋਸਤ ਕਾਫੀ ਦੋਸਤ ਜਿਹੜੇ ਪੁੱਛਦੇ ਨੇ ਕਿ ਤੋਕੜਾਂ ਦਾ ਯਾਨੀ ਕਿ ਸ਼ੌਕੀਨ ਹੈ ਰੱਖਣ ਵਾਸਤੇ ਕੋਈ ਯਾਨੀ ਕਿ ਤਿਆਰ ਕਰਕੇ ਵੇਚਦੇ ਨੇ ਤੇ ਦੋਸਤੋ ਥੋੜ੍ਹਾ ਜਿਹਾ ਇਹਨੂੰ ਤਸੱਲੀ ਨਾਲ ਵੇਖਣਾ ਕਿ ਮੱਝ ਦੀ ਨਸਲ ਜ਼ਾਤ ਜਾਂ ਮੱਝ ਨੂੰ ਖੂਬਸੂਰਤੀ ਉਹ ਤੁਹਾਡੇ ਤੇ ਯਾਨੀ ਕਿ ਅਸੀਂ ਸੱਟਣੇ ਤੁਸੀਂ ਸਾਨੂੰ ਲਾਜ਼ਮੀ ਦੱਸਣਾ ਕਿ ਮੱਝ ਤੋਹਫਾ ਹੈ ਸੀ ਕਿ ਨਹੀਂ। ਇਹ ਤਾਇਰ ਬਾਈ ਕਿਤਵਾਂ ਸੂਆ ਸੂਈ ਹੋਈ ਹੈ ਜੀ? ਦੂਜਾ ਸੂਆ ਸੂਈ ਹੋਈ ਹੈ ਜੀ। ਤੀਸਰੇ ਵਾਸਤੇ ਅੱਗੇ ਬਣੀ ਹੈ ਕਿ ਨਹੀਂ ਬਣੀ ਜੀ? ਨਹੀਂ ਜੀ ਕੋਈ ਪਤਾ ਨਹੀਂ ਹੈ ਬਣੀ ਹੋਈ ਹੈ ਨਹੀਂ ਬਣੀ ਕੋਈ ਨਹੀਂ ਯਾਨੀ ਕਿ ਗਰੰਟੀ ਸਾਡੀ ਕੋਈ ਨਹੀਂ ਮਾਸ਼ਾਅੱਲਾ ਦੇਖੋ ਸਿੱਧੀ ਗੱਲ ਹੈ ਕਿ ਗਰੰਟੀ ਕੋਈ ਨਹੀਂ ਹੈ ਤੇ ਇਸ ਟਾਈਮ ਯਾਨੀ ਕਿ ਮਾਈ ਦਾ ਸਿਰ ਵਿਖਾ ਜਿਹੜਾ ਨੇ ਸ਼ੌਕਤ ਡੋਗਰ ਮੁਲਤਾਨ ਵਾਲਾ ਮੇਰੀ ਮਾਈ ਤਿਆਰ ਕੀਤੀ ਬੰਦੇ ਨੂੰ ਪਤਾ ਲੱਗੇ ਮਾਈ ਮੇਰੀ ਵਿਕਰੀ 5-7 ਲੱਖ ਦੀ ਮਾਈ ਦੇ ਥਣ ਵਿਖਾ ਮਾਈ ਕੋ ਬਾਈ ਆਸੇ ਵੈਸ ਟਾਈਮ 6 ਕਿਲੋ ਦੁੱਧ ਦੇ ਜੀ 6 ਕਿਲੋ ਮਾਈ ਕੋ ਪੱਕਾ ਦੁੱਧ ਦੇ ਬਾੜੇ ਤੇ ਮਾਝ ਮਿਲਦੀ ਬਾਈ ਜਾਨ ਕੋਈ ਫਾਰਾ ਨਹੀਂ ਕੋਈ ਛੱਟਾ ਨਹੀਂ ਕੋਈ ਥਣਾਂ ਦਾ ਵਾਧਾ ਘਾਟਾ ਨਹੀਂ ਮਾਈ ਦਾ ਸਿਰ ਵਿਖਾ ਮਾਈ ਦੀ ਬੂਥੀ ਵਿਖਾ ਮਾਈ ਦੀ ਬੂਥੀ ਤੇ ਸਿੰਘੀ ਬਿਲਕੁਲ ਦੋਸਤੋ ਦੇਖੋ ਨਾ ਕਿ ਇੰਜ ਨਾ ਹੋਣ ਦੇ ਬਰਾਬਰ ਹੈ ਸਿੰਘੀ ਜਿਵੇਂ ਨਾ ਹੱਥਾਂ ਦੇਣ ਤੋਂ 2 ਉਂਗਲਾਂ ਰੱਖ ਲਓ ਤਾਂ ਸਿੰਘੀ ਲੁਕ ਜਾਂਦੀ ਹੈ ਵੇਖੋ ਜੀ ਤੇ ਕਾਲੀ ਮੁਸ਼ਕੀ ਬਿਲਕੁਲ ਟਿੱਟ ਕਾਲੀ ਹੈ ਜੀ ਬੂਥੀ ਬਰੀਕ ਹੈ ਅੱਖਾਂ ਵੀ ਕਾਲੀਆਂ ਤੇ ਇਹ ਨਾ ਮੈਂ ਨਾ ਸਫੈਦ ਤਾਂ ਹੈ ਨਹੀਂ ਕੋਈ ਨਾ ਕੋਈ ਪੁੱਛਾ ਦੇ ਵਾਲ ਸਫੈਦ ਹੁੰਦੇ ਉਹ ਵੀ ਇਹਦੇ ਕੋਈ ਨਹੀਂ ਹੈ ਨਸਲ ਜ਼ਾਤ ਵਾਲੀ ਤੇ ਕੱਦਾਵਰ ਤੇ 6 ਲੀਟਰ ਦੋਵਾਂ ਟਾਈਮਾਂ ਚੋਈ ਕਰਦੇ ਆ ਦੋਵਾਂ ਟਾਈਮਾਂ ਦਾ 6 ਲੀਟਰ ਮਾਝ ਕੋ ਦੁੱਧ ਹੈ ਜੀ ਕੋਈ ਟੀਕਾ ਸ਼ੀਕਾ ਤਾਂ ਨਹੀਂ ਲਾਣਾ ਨਾ ਬਾਈ ਬਾੜਾ ਅੱਗੇ ਸੱਣਾ ਜਾਂ ਚੌਕਰ ਦੀ ਮੋੜ ਥੱਲੇ ਬਾ ਜਾਣਾ ਜੂੜ ਲਾਵੀ ਜਾਂ ਨਾ ਲਾਵੀ ਠੀਕ ਹੋ ਗਿਆ ਹਾਂ ਜੀ ਤੇ ਇਹ ਨਸਲ ਕਿਹੜੀ ਹੈ ਪਿਓਰ ਨੀਲੀ ਪਿਓਰ ਨੀਲੀ ਦੀ ਮਾਝ ਵਿਖਾ ਤਾਂ ਸਹੀ ਅੱਗੋਂ ਮਾਝ ਵਿਖਾ ਕੈਮਰਾ ਤੂੰ ਲਾ ਪੂਰਾ ਮਾਝ ਤੇ ਲਾ ਤਾਂ ਸਹੀ ਕੈਮਰਾ ਤੇ ਸੋਰ ਲੱਗੇ ਬੰਦੇ ਵੀਡੀਓ ਲਾਉਂਦੇ ਮੰਦੇ ਨੇ ਐਵੇਂ ਵੀਡੀਓ ਪਿਓਰ ਨੀਲੀ ਦਾ ਬ੍ਰਾਂਡ ਹੈ ਜੀ ਮਾਸ਼ਾਅੱਲਾ ਜਿਵੇਂ ਮਾਝ ਦੀ ਬੰਤਰ ਜਾਂ ਥਣ ਦੀ ਵਿਰਲ ਮੁੱਠੀ ਬਰ ਤੇ ਕੱਦ ਬੋਤ ਤੇ ਛੋਟੀ ਜੀ ਸਿੰਗੀ ਤੇ ਨੀਲ ਕਾਲੀ ਬਿਲਕੁਲ ਕਿਦੂ ਵੀ ਨਹੀਂ ਨਾ ਸਫੈਦ ਵੀ ਵਾਲ ਵੀ ਹੋਵੇ ਦੇ ਵਿੱਚ ਤੇ ਕੀਮਤ ਇਹਦੀ ਬਾਈ ਤੈਰਬਾ ਕੀਮਤ ਮਾ ਆਸੇ ਮਾਈ ਤੇ ਨਹੀਂ ਵੇਚਣੀ ਮਾਰਾ ਤੂੰ ਵਿਚਾਉਂਦਾ ਮੈਂ 1,70,000 ਰੁਪਇਆ ਮਾਈ ਦੀ ਕੀਮਤ ਹੈ ਬਾਈ 1,70,000 ਰੁਪਇਆ ਡਿਮਾਂਡ ਕਰਦਾ ਤਾਂ ਛੱਡ ਛਡਾ ਕੇ ਫਾਈਨਲ ਆਖਰੀ ਵੀ ਹੈ ਤੋਹਫਾ ਵੀ ਉਹ ਸਮਝੀਏ ਦੋਸਤਾਂ ਨਾਲ ਫਾਈਨਲ ਛੱਡ ਛਡਾ ਕੇ ਮੁੜ ਕੋ ਨੂੰ ਛੁੱਟ ਰਹੇ 1,60,000 ਦੀ ਮਾਈ ਦੇ ਸਾਂਝਾ 1,60,000 ਦੀ ਜੇ ਰੇਟ ਹੈ ਤਾਂ 6 ਲੀਟਰ ਦੁੱਧ ਦੋਵਾਂ ਟਾਈਮਾਂ ਦਾ ਬਾੜਾ ਚੋ ਕੇ ਕੋਈ ਟੀਕਾ ਸ਼ਿਕਾ ਨਹੀਂ ਆਏ ਓਏ ਵਿਰਾ ਚੋ ਕੇ ਨੂੰ ਦੋਵੇਂ ਟਾਈਮ ਤਸੱਲੀ ਨਾਲ ਲੈ ਕੇ ਜਾਵਣ ਇਹ ਨਹੀਂ ਵੀ ਬੰਦੇ ਆਂਦੇ ਗੱਲਾਂ ਨਾਲ ਛੇ ਸੇ ਰਹੇ ਹਾਂ ਤੇ ਠੀਕ ਹੈ ਜੀ ਦੋਸਤੋ 8 ਜਾਨਵਰ ਤੁਹਾਨੂੰ ਦਿਖਾਏ ਨੇ ਅਗਰ ਕਿਸੇ ਦੋਸਤ ਨੂੰ ਕੋਈ ਜਾਨਵਰ ਪਸੰਦ ਹੁੰਦਾ ਤੇ ਬਾਈ ਤੈਰਬਾਸ ਨਾਲ ਸਾਡੇ ਨਾਲ ਰਾਬਤਾ ਕਰਕੇ ਖਰੀਦ ਸਕਦੇ ਹੋ ਅਗਲੀ ਵੀਡੀਓ ਦੇ ਦਿਓ ਸਾਨੂੰ ਇਜਾਜ਼ਤਾਂ ਜੀ ਅੱਲਾ ਹਾਫਿਜ਼ ਜੀ।